ਹਾਂ ਗਰਾਰੀ ਮੇਰੀ ਇੱਕ ਜਗ੍ਹਾ ਤੇ ਅਟਕੀ ਹੈ ਨਾ ਆਹ ਫੜਾਈ ਕਿਧਰ ਰੜ ਗਈ ਆਪੀ ਗਰਾਰੀ ਆਪਾਂ ਜੀ ਬਹੁਤ ਇਸਮੇ ਤੇ ਕਿਦਾਂ ਬਪਤੇ ਇਸਮਾ ਬਹੁਤ ਇਸਮੇ ਦੇ ਵੀ ਹੈ ਯਿਸੂ ਦੇ ਨਾਮ ਤੇ ਆਦੇ ਯਿਸੂ ਦੇ ਨਾਮ ਚ ਲੈਣਾ ਜੀ ਹਾਂ ਪਤਾ ਪਤਾ ਕਵਿਤਾ ਰਾਜ ਮਾਚੂ ਉਹ ਜਿਹੜਾ ਲੱਗ ਗਿਆ ਨੀ ਜਿਹੜਾ ਬੰਬਾ ਬੰਬਾ ਹੈ ਬੰਬਾ ਪੇਂਟਰ ਆਓ ਉਹ ਕਹਿੰਦਾ ਹੀ ਜਸੂ ਚਲੇ ਆ ਕਹਿੰਦਾ ਹੀ ਜਸੂ ਚ ਤੁਸੀਂ ਕਿਉਂ ਕਹੀ ਦੀ ਗੱਲ ਸੌਂਦੇ ਜੀ ਨਹੀਂ ਮੋਹਤਰਾ ਗੱਲ ਕਰਦਾ ਪਿਆ ਹਾਂ ਆਪਾਂ ਨੂੰ ਵੀ ਘਾ ਕੱਲ ਨੂੰ ਕੋਈ ਵੀ ਆਪਾਂ ਚਲੋ ਕਲਾਮ ਦੇ ਨੌਲੇਜ ਤੇ ਰੱਖਣੀ ਆ ਕੱਲ ਨੂੰ ਆਪਾਂ ਨੂੰ ਕੋਈ ਸਵਾਲ ਜਵਾਬ ਕਰੂਗਾ ਆਪਾਂ ਨੂੰ ਉੱਤਰ ਦੇਣਾ ਚਾਹੀਦਾ ਨਾ ਉੱਤਰ ਇਹ ਹੈ ਕਿ ਜਿਹੜਾ ਯਸੂ ਦਾ ਬਪਟਿਸਮਾ ਉਹ ਹੀ ਆਪਣਾ ਹੀ ਬਪਟਿਸਮਾ ਹੂੰ ਆਪਾਂ ਸ਼ਰਾਹ ਚ ਥੋੜੀ ਹੈ ਬਪਟਿਸਮਾ ਤੇ ਸ਼ਰਾਹ ਚ ਆਹੋ ਆਪਾਂ ਸ਼ਰਾਹ ਵਾਲੇ ਥੋੜੀ ਆ ਨਹੀਂ ਪਤਾ ਕੰਨਾ ਮਤਲਬ ਕੁਝ ਵੀ ਕਹੀ ਨਹੀਂ ਯਸੂ ਸਿੰਘ ਨੇ ਕੀ ਮਾਈ ਯਸੂ ਸਿੰਘ ਨੇ ਤਾਂ ਇਤਰਾ ਲਿਖਿਆ ਪਲਾਮਪੇ ਚ ਲਿਖਿਆ ਯਸੂ ਸਿੰਘ ਨੇ ਕਹੋਦੇ ਕੀ ਕਿਤਾਬ ਉੱਤਰ ਕੋਮਤਰ ਆਤਮਾ ਕਹਿੰਦੇ ਉਹਦੇ ਵਿੱਚ ਨਾਮਾ ਨਹੀਂ ਲਿਖਿਆ। ਵੀ ਨਾਮਾ ਦੇ ਵਿੱਚ ਲਿਖ ਲੋ। ਪਿਤਾ ਪੁੱਤਰ ਪਵਿੱਤਰ। ਪਿਤਾ ਉਹਦੇ ਉੱਥੇ ਨਾਮ ਦੇ ਵਿੱਚ ਲਿਖਿਆ ਵਾ। ਤੇ ਮਾਂ ਤੁਸੀਂ ਕਹਿੰਦੇ ਵੀ ਨਾਮਾ ਤੇ ਪਿਤਾ ਪੁੱਤਰ ਪਵਿੱਤਰ ਆਦਮਾ ਤੇ ਹੀ ਕਹਿੰਦੇ ਬਹੁਤ ਮੰਨਦੇ ਜੇ ਨਾ। ਹੂੰ ਤੇ ਫਿਰ ਤੁਸੀਂ ਪਿਤਾ ਪੁੱਤਰ ਪਵਿੱਤਰ ਆਦਮਾ ਇੱਕ ਕੋਈ ਤੁਸੀਂ ਤਾਂ ਫਿਰ ਵਖਵਾ ਕਰਦੇ ਜੀ। ਆਹੋ ਹਣਾ ਹੂੰ ਸਈਓਵੀਆ ਸਈਓਵੀਆ ਪਤਾ ਕੀ ਆ ਪਿਤਾ ਪੁੱਤਰ ਪਵਿੱਤਰ ਆਤਮਾ ਜਿਹੜਾ ਇੱਕ ਹੀ ਆ ਵੱਖਰਾ ਵੱਖਰਾ ਥੋੜੀ ਆ ਆਹੋ ਉਹ ਉਹਦੇ ਹਿਸਾਬ ਨਾਲ ਉਹ ਜੇ ਹਿਸਾਬ ਨਾਲ ਕਹਿੰਦਾ ਵੀ ਉਹ ਨਾਮਾਂ ਦੇ ਵਿੱਚ ਆਉਣਾ ਚਾਹੀਦਾ ਮਾ ਯਾਰ ਕਹਿੰਦਾ ਵੀ ਆ ਚੱਕਰ ਆ ਤੇ ਮਾ ਫਿਰ ਇਹਦੇ ਹਿਸਾਬ ਨਾਲ ਤੇ ਫਿਰ ਪਿਤਾ ਪੁੱਤਰ ਪਵਿੱਤਰ ਆਤਮਾ ਮਤਲਬ ਇੱਕ ਨਹੀਂ ਤੁਸੀਂ ਮੰਨਦੇ ਵੀ ਵਿੱਚ ਇੱਕ ਵੀ ਕਹਿੰਦਾ ਤੇ ਜੇ ਉਹ ਗੱਲ ਵੀ ਇਹ ਕਰਦਾ ਵੀ ਨਾਮਾ ਦੇ ਵਿੱਚ ਮੈਂ ਇਹ ਫਿਰ ਗੱਲ ਤੇ ਇਹ ਹਟ ਗਈ ਵੀ ਤੁਸੀਂ ਫਿਰ ਇੱਕ ਨਹੀਂ ਕਹਿੰਦੇ ਕਲਾਮ ਚ ਲਿਖਿਆ ਕਿਆ ਯਿਸੂ ਬਟ ਗਿਆ ਹੂੰ ਕਿਆ ਯਿਸੂ ਬਟ ਗਿਆ ਹੁਣ ਮੈਂ ਇੱਕ ਫੋਰ ਐਗਜ਼ਾਮਪਲ ਦੇਣਾ ਹਾਂ ਹਾਂ ਐਗਜ਼ਾਮਪਲ ਇਹ ਆ ਵੀ ਪ੍ਰਵੀਨ ਆ ਹੂੰ ਪ੍ਰਵੀਨ ਦੇ ਪੂਰੇ ਹੱਥ ਪੈਰ ਸਿਰ ਮੂੰਹ ਨੱਕ ਦਿਲ ਜੁੜ ਕੇ ਤੇ ਕੀ ਬੰਦਾ ਇੱਕ ਬਦਨ ਬੰਦਾ ਹਾਂ ਬਦਨ ਬੰਦਨ ਤੇ ਬਾਡੀ ਕਹਿੰਨੇ ਨਾ ਆਪਾਂ ਪੂਰੇ ਸਰੀਰ ਦੇ ਜੋੜ ਨੂੰ ਬਾਡੀ ਕਹਿੰਨੇ ਆ ਜੋੜ ਪੱਠੇ ਸਾਰਾ ਕੁਝ ਰਲ ਕੇ ਦਿਲ ਰੂਹ ਜਾਨ ਜਿਸਮ ਲਹੂ ਰਲ ਕੇ ਕੀ ਬੰਦਾ ਬਦਨ ਮੈਂ ਮੈਨੂੰ ਤੁਹਾਡਾ ਹੱਥ ਬੜਾ ਸੋਹਣਾ ਲੱਗਦਾ ਕਿਉਂਕਿ ਤੁਹਾਡੇ ਹੱਥ ਚਾਟ ਆ ਹੂੰ ਮੈਂ ਕਹਿੰਦਾ ਭਾਈ ਮੈਨੂੰ ਹੱਥ ਲਾ ਕੇ ਦੇ ਦਿਓ ਹੂੰ ਠੀਕ ਆ ਮੰਨੋ ਲਾਠੇ ਉਹ ਦੇਣ ਦੇਣ ਨੂੰ ਵੀ ਤਿਆਰ ਆ ਹੂੰ ਉਹਨੂੰ ਮੈਂ ਬਦਨ ਕਹਿ ਲੂੰਗਾ ਹੂੰ ਹੂੰ ਮਹਾ ਤੁਹਾਨੂੰ ਕਹੂੰਗਾ ਕਿ ਇਹ ਸਰੀਰ ਆ ਜਾਂ ਇਹ ਪ੍ਰਵੀਨ ਦਾ ਬਦਨ ਆ ਹੂੰ ਉਹਨੂੰ ਕੀ ਕਹੂੰਗਾ ਨਹੀਂ ਨੂੰ ਤੇ ਹੱਥਾਂ ਆ ਤੀ ਰਹਿਣਾ ਹੱਥ ਤੇ ਆਤੀ ਰਹਿਣਾ ਹੂੰ ਮੈਂ ਕਹਿੰਨਾ ਪ੍ਰਵੀਨ ਤੇਰੀਆਂ ਮੈਨੂੰ ਆਪਦੀਆਂ ਲੱਤਾਂ ਦੇ ਦੇ ਹੂੰ ਠੀਕ ਆ ਮੇਰੀ ਲੱਤ ਕਮਜ਼ੋਰ ਆ ਕੰਮ ਨਹੀਂ ਕਰਦੀ ਤੂੰ ਲੱਤ ਦੇਣ ਨੂੰ ਤਿਆਰ ਹੋ ਗਿਆ ਮੈਨੂੰ ਨਹੀਂ ਤੇ ਮੈਂ ਉਹ ਲੱਤ ਨੂੰ ਕੀ ਕਹੂੰਗਾ ਪ੍ਰਵੀਨ ਕਹੂੰਗਾ ਪ੍ਰਵੀਨ ਦਾ ਬਦਨ ਕਹੂੰਗਾ ਉਹਨੂੰ ਵੀ ਕਹੂੰਗਾ ਉਹ ਤੇ ਲੱਤ ਨੂੰ ਲੱਤ ਕਿਹਾਏ ਮੈਂ ਕਹੂੰਗਾ ਪ੍ਰਵੀਨ ਦੀ ਲਾਤਿਆ ਪਰ ਇਹ ਤਾਂ ਨਹੀਂ ਨਾ ਕਹਿ ਸਕਦਾ ਹੂੰ ਵੀ ਇਹ ਪ੍ਰਵੀਨ ਦਾ ਸਾਰਾ ਸ਼ਰੀਰ ਹੀ ਆ ਸ਼ਰੀਰ ਆ ਲੱਤ ਸਾਰਾ ਸਰੀਰ ਥੋੜੀ ਹੋ ਜੂਗੀ ਹੂੰ ਹੂੰ ਤਾ ਕੀ ਹੋਊਗਾ ਜਦੋਂ ਪੂਰਾ ਮੈਂ ਕਹੂੰਗਾ ਭਰਾਵਾ ਮੇਰਾ ਨਾ ਹਾਰਟ ਫੇਲ ਹੋ ਗਿਆ ਪ੍ਰਵੀਨ ਆਉਦਾ ਦਿਲ ਦੇ ਦੇ ਹੂੰ ਪ੍ਰਵੀਨ ਦੇਲ ਦੇ ਨੂੰ ਤਿਆਰ ਹੋ ਗਿਆ ਪ੍ਰਵੀਨ ਦੇ ਨਾਂ ਕਰ ਹੀ ਨਹੀਂ ਨਾ ਸਕਦਾ ਹੂੰ ਹੂੰ ਕਹਿੰਦਾ ਲੀਲਾ ਸਾਰੇ ਦਿਲ ਨੂੰ ਤੁਸੀਂ ਸਾਰਾ ਬदन ਕਹਿ ਦੋਗੇ ਹੂੰ ਹੂੰ ਪਰਵੀਨ ਖੂਨ ਦੇਦੇ ਆਉਦਾ ਹੂੰ ਸਾਰੇ ਖੂਨ ਨੂੰ ਮਤਲਬ ਖੂਨ ਨੂੰ ਤੇ ਖੂਨ ਹੀ ਕਹੋਗੇ ਨਾ ਹੂੰ ਸਾਰਾ ਸਰੀਰ ਥੋੜੀ ਕਿਉਂਕਿ ਸਾਰਾ ਸਰੀਰ ਕਿੱਦਾਂ ਬਣਦਾ ਰੂਜ ਜਿਸਮ ਜਾਨ ਪੱਠਿਆਂ ਦੇ ਨਾਲ ਜੋੜ ਦੇ ਨਾਲ ਅੰਗਾਂ ਦੇ ਨਾਲ ਜਦੋਂ ਪੂਰੀਆਂ ਚੀਜ਼ਾਂ ਜੋੜਦੀਆਂ ਹੈ ਤੇ ਕੀ ਬਣਦਾ ਹੈ ਉਹਨੂੰ ਕੀ ਕਹਿੰਦੇ ਆਪਾਂ ਬਾਡੀ ਹੂੰ ਤੇ ਬਾਡੀ ਦਾ ਨਾਂ ਕੀ ਆ ਪਰਵੀਨ ਹੂੰ ਹੁਣ ਜਿਹੜਾ ਯਿਸੂ ਆਣਾ ਕੋਈ ਕਹਿੰਦਾ ਆ ਆ ਕੋਈ ਕਹਿੰਦਾ ਉਹ ਆ ਕੋਈ ਕਹਿੰਦਾ ਆ ਆ ਯਿਸੂ ਪੂਰਾ ਬਦਨ ਆ ਹਮ ਜਦੋਂ ਤੁਸੀਂ ਯਿਸੂ ਨਾਮ ਹੀ ਲੈ ਲਿਆਣਾ ਆਹ ਸਾਰਾ ਕੋਈ ਆ ਜਾਂਦਾ ਆਹ ਮੰਨ ਲਓ ਮਤਲਬ ਇਹ ਸਾਰਾ ਕੋ ਤੇ ਮੰਨ ਲਓ ਵੀ ਚਲੋ ਤੁਸੀਂ ਬਪਤਿਸਮਾ ਤੁਸੀਂ ਸਾਈਡ ਤੇ ਕਰੋ ਤੁਸੀਂ ਜਦੋਂ ਯਿਸੂ ਤੇ ਵਿਸ਼ਵਾਸ ਹੀ ਆ ਗਿਆ ਸਾਰਾ ਕੋ ਤੇ ਫਿਰ ਤੇ ਸਾਰਾ ਕੋ ਹਮ ਤੁਸੀਂ ਉਹਨੂੰ ਕਹਿਣਾ ਹੈ ਜਿਹੜਾ ਡਾਕੂ ਆ ਜਿਹੜਾ ਯਿਸੂ ਦੇ ਨਾਲ ਬੱਧਾ ਸੀ ਹੂੰ ਉਹਨੇ ਦੇ ਭਰਾਵਾਂ ਬਪਤਿਸਮ ਉਹਨੇ ਕਿਦੇ ਨਾਂ 'ਚ ਬਪਤਿਸਮ ਆ ਲਿਆ ਹੂੰ ਇਹ ਤਾਂ ਹੀ ਪੁੱਛਣਾ ਉਹਦੇ ਤੋਂ ਅੱਛਾ ਮੰਨ ਲਓ ਨਹੀਂ ਇਹ ਤੇ ਪਤਰਾ ਸੰਤ ਪੌਲਸ ਨੇ ਚਲੋ ਮੰਨ ਲਓ ਕਿ ਤੇ ਯਿਸੂ ਦੇ ਨਾਮ ਦੇ ਵਿੱਚ ਉਹ ਤੋਂ ਪਹਿਲਾਂ ਜਿਹੜੇ ਬਪਤਿਸਮ ਆ ਮੰਨਦਾ ਯਾਰ ਬਪਤਿਸਮ ਇਹ ਦਿੰਦਾ ਨਹੀਂ ਹੂੰ ਸਾਫ਼-ਸਾਫ਼ ਲਿਖਿਆ ਕਲਾਮ 'ਚ ਹਾਂ ਠੀਕ ਆ ਹੂੰ ਯੇਸੂਮਸੀ ਨੇ ਬਪਤਿਸਮਾ ਦਿੰਦਾ ਹੈਗਾ ਉਹਦੇ ਚੇਲੇ ਦਿੰਦੇ ਸੀ ਚੇਲੇ ਦਿੰਦੇ ਸੀ ਆਪਾਂ ਯੇਸੂਮਸੀ ਨੇ ਔਰ ਵਰਤ ਜਿਹੜਾ ਸੀ ਉਹ ਯੇਸੂਮਸੀ ਦੇ ਚੇਲੇ ਵਰਤ ਨਹੀਂ ਰੱਖਦੇ ਲਿਖਿਆ ਫੱਕੀ ਫਰੀਸੀ ਤੇ ਯੋਹਾਨਾ ਦੇ ਚੇਲੇ ਵਰਤ ਰੱਖਦੇ ਸੀ ਹਾਂ ਤੇ ਫੇਰ ਹੁਣ ਜਿਹੜੇ ਵਰਤ ਰੱਖਦੇ ਉਹ ਉਹ ਕਿਹਦੇ ਚੇਲੇ ਹੋਏ ਹੂੰ ਦੱਸੋ ਜਿਹੜੇ ਵਰਤ ਰੱਖਦੇ ਉਹ ਕੌਣ ਹੋਏ ਫੇਰ ਇਹ ਜਾਂ ਤੇ ਯੋਹਾਨਾ ਦੇ ਚੇਲੇ ਜਾਂ ਫੱਕੀ ਫਰੀ ਸੀ ਫੱਕੀ ਫਰੀ ਸੀ ਤੇ ਜਿਹੜਾ ਯੋਹਾਨਾ ਬਪਤਿਸਮਾ ਦੇਣ ਵਾਲਾ ਸ਼ਰਹ ਉਹਦੇ ਤੇ ਅੱਗੇ ਖਤਮ ਹੋਈ ਆ ਹੂੰ ਤੇ ਸ਼ਰਹ ਕਿੰਨਾ ਕੋਲ ਹੀ ਭਲਾਂ ਮੂਸਲਾ ਦੀ ਗੱਦੀ ਤੇ ਕੌਣ ਬੈਠੇ ਸੀ ਫੱਕੀ ਫਰੀ ਸੀ ਹਾਂ ਠੀਕ ਆ ਤੇ ਫਿਰ ਬਪਤਿਸਮਾ ਕਿੱਥੋਂ ਆਇਆ ਹੂੰ ਉਥੋਂ ਆ ਸ਼ਰਹ ਚੋਂ ਹੂੰ ਤੇ ਆਪਾਂ ਸ਼ਰਹ ਦੇ ਅਧੀਨ ਹੈਗੇ ਨਹੀਂ ਆ ਹੂੰ ਹੂੰ ਤਾਂ ਫੇਰ ਆਹ ਉਹ ਤੇ ਹੈਗੀ ਆ ਤਾਈਓ ਮੈਂ ਤੁਹਾਨੂੰ ਕਹਿੰਨਾ ਨੌਲੇਜ ਨੌਲੇਜ ਦਾ ਮਤਲਬ ਜਿਹੜੀ ਨੌਲੇਜ ਹੈ ਕੀ ਆਫ ਜਿਹੜੀ ਆ ਮਤਲਬ ਕੀ ਆਫ ਵਿਜ਼ਡਮ ਆ ਯਾਨੀ ਕਿ ਆਜ਼ਾਦੀ ਦੀ ਜਿਹੜੀ ਚਾਬੀ ਆ ਹੂੰ ਤੇ ਨੌਲੇਜ ਹੈਗਾ ਯੈਸੂ ਹੂੰ ਹੂੰ ਰੂਲ ਕੁਛ ਜਿਹੜਾ ਯੈਸੂ ਦੀਆਂ ਗੱਲਾਂ ਤੋਂ ਸਿਖਾਉਂਦੇ ਅੱਛਾ ਅਬਰਾਹਮ ਨੇ ਕਿਹਦੇ ਨਾਂ 'ਚ ਬਪਟਿਸਮ ਲਿਆ ਹੈ ਉਹਨੇ ਕਿਤਲੇ ਹਨੂ ਗੁਣੇ ਕੇ ਦਾ ਬਪਤਿਸਮਾ ਲਿਆ ਹੈ ਮਰੀਮ ਨੇ ਮਰੀਮ ਨੇ ਕੇ ਦਾ ਬਪਤਿਸਮਾ ਲਿਆ ਹੈ ਹਮ ਮਰੀਮ ਗਲੀਲ ਮਰੀਮ ਗਲੀਲ ਚੋਂ ਹੀ ਗਲੀਲੀਆਂ ਨੂੰ ਤੇ ਸ਼ਰਾ ਵਾਲੇ ਲਾਗ ਬੰਨਿਉਣੀ ਲਾਉਂਦੇ ਹਮ ਤੇ ਮਰੀਮ ਤੋਂ ਜਿੱਦੋ ਯਿਸੂ ਪੈਦਾ ਆਇਆ ਤੇ ਉਹਨੇ ਕੇ ਦਾ ਬਪਤਿਸਮਾ ਲਿਆ ਹੈ ਹਮ ਹਮ ਉਹ ਦਾ ਰੂਹਲ ਕੁਛ ਦਾ ਬਪਤਿਸਮਾ ਆਇਆ ਕਿ ਨਹੀਂ ਆਇਆ ਹੋਇਆ ਕਿ ਨਹੀਂ ਆਇਆ ਹਮ ਹਮ ਕਾਦੇ ਨਾ ਆਇਆ ਫਿਰ ਉਹ ਦਾ ਵਿਸ਼ਵਾਸ ਨਾ ਉਹ ਵਿਸ਼ਵਾਸ ਨਾ ਹੀ ਆ ਠੀਕ ਆ ਜਦੋਂ ਆਪਾਂ ਜੈਸੂਸੀ ਤੇ ਵਿਸ਼ਵਾਸ ਕਰ ਲੈਨੇ ਹਨ ਉਦੋਂ ਸ਼ਰਾ ਵੀ ਪੂਰੀ ਹੋ ਜਾਂਦੀ ਆ ਬਪਤੇਸਮਾ ਵੀ ਲਿਆ ਜਾਂਦਾ ਰੂਹ ਕੁਛੀ ਆਪਣੇ ਤੇ ਆ ਜਾਂਦਾ ਆਪਾਂ ਸਵਰਗ ਚ ਵੀ ਚਲੇ ਜਾਂਦੇ ਆ ਮੁਰਦਿਆਂ ਚ ਜੀ ਵੀ ਉੱਠਦੇ ਆ ਠੀਕ ਆ ਤੇ ਤੀਸਰੇ ਅਸਮਾਨ ਤੇ ਚੜ ਵੀ ਜਾਂਦੇ ਆ ਹਾਂ ਲੱਗੀ ਸਮਝ ਹੁਣ ਆਪਣਾ ਕੀ ਕੰਮ ਆ ਹੁਣ ਸਿਰਫ ਜਾਣਨਾ ਤੇ ਸਮਝਣਾ ਹੈ ਹੂੰ ਹੂੰ ਕਰਨਾ ਕੋਈ ਨਹੀਂ ਆ ਪ੍ਰੋਸੈਸ ਚ ਨਹੀਂ ਜਾਣਾ ਬੱਸ ਸਮਝਣਾ ਹੈ ਹਾਂ ਸ਼ਰਾਹ ਜਾਣਨ ਵਾਲੀ ਚੀਜ਼ ਹੈ ਮੰਨਣ ਵਾਲੀ ਚੀਜ਼ ਨਹੀਂ ਆ ਫਜ਼ਲ ਜਿਹੜੀ ਆ ਜਿਹੜਾ ਫਜ਼ਲ ਹੁੰਦਾ ਉਹ ਬਖਸ਼ਿਸ਼ ਨਾ ਹੁੰਦਾ ਉਹ ਲਿਖਿਆ ਨਾ ਤੇ ਡੰਡੇ ਨਾਲ ਕਿਹਦੇ ਹੁੰਦਾ ਤੇ ਨਾ ਮੁਹੱਬਤ ਨਾਲ ਹੁੰਦਾ ਹਾਂ ਠੀਕ ਆ ਉਹ ਬਖਸ਼ਿਸ਼ ਆ ਹਾਂ ਉਹ ਜਿੰਨੂੰ ਚਾਹੁੰਦਾ ਹੈ ਖੁਦਾ ਉਹਦੇ ਤੇ ਕਰਦਾ ਹੈ ਜਿੰਨੂੰ ਨਹੀਂ ਚਾਹੁੰਦਾ ਨਹੀਂ ਕਰਦਾ ਹੂੰ ਠੀਕ ਆ ਉਹ ਤੁਸੀਂ ਧੱਕੇ ਨਾਲ ਨਹੀਂ ਲੈ ਸਕਦੇ ਹੂੰ ਠੀਕ ਆ ਪਾਸ ਜਿਹੜੀ ਇਸ਼ਾਰਾ ਆ ਉਹ ਤੁਸੀਂ ਯਸੂ ਦੇ ਵਸੀਲੇ ਸਮਝ ਸਕਦੇ ਜੀ ਹਮ ਪਰ ਜਿਹੜੀ ਬਖਸ਼ੀਸ਼ ਆ ਉਹ ਮਰਜ਼ੀ ਆ ਹਮ ਠੀਕ ਆ ਉਹ ਲਿਖਿਆ ਜਿਹੜਾ ਮਤਲਬ ਕਿ ਉਹਦੇ ਲਈ ਜ਼ੋਰ ਮਾਰੇ ਜ਼ੋਰ ਜਿਹੜਾ ਖੁਦਾ ਨੂੰ ਮੁਹੱਬਤ ਕਰੇ ਯਸੂ ਨੂੰ ਮੁਹੱਬਤ ਕਰੇ ਤੇ ਉਹ ਚਾਵੇ ਤੇ ਕਰ ਸਕਦਾ ਕੋਈ ਮੁਸ਼ਕਲ ਨਹੀਂ ਉੱਥੇ ਲਿਖਿਆ ਕਿ ਜਿਹੜੀ ਹੱਥ ਰੱਖਣ ਤੇ ਬਪਤਿਸਮਿਆਂ ਦੀ ਮੁਰਦਾ ਤਾਲੀਮ ਨੂੰ ਦੁਬਾਰਾ ਉਹਦੀ ਜਿਹੜੀ ਨਹੀਂ ਆ ਦੁਬਾਰਾ ਨਾ ਰੱਖੋ। ਪੜਾਇਆ ਗਿਆ ਨਹੀਂ ਪੜਾਇਆ ਜੀ। ਨਾ ਮੈਂ ਪੜਉਣਾ ਇੱਕ ਮਿੰਟ। ਨਾ ਨਾ ਹੁਵੀ ਵਦਨ ਵਦਨ ਬੈਠੇ ਆ ਤੇ ਮੈਨੂੰ ਕਹਿੰਦਾ ਤੁਹਾਡਾ ਪੁੱਤ ਸਮਾ ਜਿਹੜਾ ਤੁਸੀਂ ਗਲਤ ਲਿਆ ਆਏ। ਮਾ ਮੈਨੂੰ ਪਤਾ। ਇਹ ਹੁਣ ਨਾ ਨੇ ਗਿਆ ਕੀ ਮਿਰ ਤੋਂ ਬਾਅਦ ਆਊਗਾ ਜਿਹੜਾ ਤੁਹਾਨੂੰ ਅੱਗ ਨਾਲ ਬਪਤਿਸਮਾ ਦੇਊਗਾ। ਹਾਂ। ਤਾਂ ਫਿਰ ਜਿਨ੍ਹਾਂ ਨੇ ਪਾਣੀ ਨਾ ਬੱਬੀ ਸਮਾ ਲਿਆ ਹੁਣ ਇੱਕ ਜਗ੍ਹਾ ਪੁਲਿਸ ਕਹਿੰਨ ਦਿਆ ਹੈ ਕਿ ਜੇ ਤੁਸੀਂ ਪਾਣੀ ਨਾ ਬੱਬੀ ਸਮਾ ਲੈ ਲੈਂਦਾ ਜੀ ਤੇ ਇਹਦਾ ਮਤਲਬ ਤੁਸੀਂ ਇਹ ਅਸਰ ਰੱਖਦੇ ਵੀ ਮੁਰਦੇ ਦੁਬਾਰਾ ਜਿੰਦਾ ਹੋਣਗੇ ਇਹਦਾ ਮਤਲਬ ਤੁਸੀਂ ਇਹ ਸਮਝਦੇ ਕਿ ਪੁਲਿਸ ਨੇ ਖੁਦ ਕਿਹਾ ਇਹਦਾ ਮਤਲਬ ਇਹ ਪਹਿਲੇ ਪਹਿਲਾ ਕ੍ਰਾਂਤੀ ਆ ਚ ਪੜਿਆ ਇਹਦਾ ਮਤਲਬ ਕਹਿੰਦਾ ਤੁਸੀਂ ਇਹ ਨਹੀਂ ਮੰਨਦੇ ਕਿ ਯਸ਼ਮਸੀ ਤੇ ਜਦੋਂ ਮੁਰਦਿਆਂ ਚ ਜੀ ਉੱਠਿਆ ਤੇ ਜੇ ਯਿਸੂੰਸੀ ਤੇ ਜੇਦਨ ਮੁਰਦਿਆਂ ਚੋਂ ਨਹੀਂ ਜੀ ਉਠਿਆ ਹੂੰ ਇਹ ਤੇ ਉਹ ਗੱਲ ਹੋ ਗਈ ਨਾ ਕਿ ਜਿਹੜੇ ਅ ਦੂਜੇ ਹੀ ਨਾ ਫਰੀ ਫਰੀ ਸੀ ਉਹ ਕਿਆਮਤ ਨੂੰ ਨਹੀਂ ਮੰਨਦੇ ਤੇ ਜਿਹੜੇ ਬਾਬਸਮਾ ਲੈਂਦੇ ਨਾ ਪਾਣੀ ਦਾ ਉਹ ਕਹਿੰਦਾ ਵੀ ਇਹਦਾ ਮਤਲਬ ਇਹੋ ਹੀ ਆ ਕਿ ਕਿਆਮਤ ਨੂੰ ਨਹੀਂ ਮੰਨਦੇ ਹੂੰ ਯਿਸੂ ਨੇ ਕਿਹਾ ਆਦਮ ਤ ਤੇ ਮੈਂ ਆ ਕਿਆਮਤ ਮੈਂ ਆ ਕਿਆਮਤ ਮਤਲਬ ਕਹਿੰਦਾ ਕਿ ਮੁਰਦਿਆਂ ਮੁਰਦਿਆਂ ਦਾ ਜੀ ਉਠਣਾ ਨਹੀਂ ਹੈਗਾ ਹਾਂ ਜਾਂਦਾ ਇਸ ਲਈ ਤੂੰ ਤੂੰ ਹੀ ਮੁਰਦਿਆਂ ਦਾ ਬਪਤਿਸਮਾ ਇਸ ਕਰਕੇ ਲੈਂਦੇ ਰਹੇ ਉਹ ਕਹਿੰਦੇ ਆ ਨਾ ਅੱਜ ਤੂੰ ਮੁਰਦਾ ਹੋ ਗਿਆ ਤੇ ਹੁਣ ਤੂੰ ਯਿਸੂ ਜੀ ਜੀ ਉੱਠਿਆ ਹਾਂ ਹਾਂ ਤੇ ਯਿਸੂ ਜੀ ਤੇ ਆਪਾਂ ਕਦੇ ਤੇ ਜੀ ਉੱਠੇ ਯਿਸੂ ਦੇ ਨਾਲ ਹੀ ਮਰ ਗਏ ਤੇ ਯਿਸੂ ਨੇ ਨਾਲ ਹੀ ਜੀ ਉੱਠੇ ਇਹੋ ਤੇ ਗੱਲ ਕਹਿਣ ਚ ਤੇ ਵਿਸ਼ਵਾਸ ਕਰਨ ਚ ਫਰਕ ਆ ਹੂੰ ਤੁਸੀਂ ਉਹਨਾਂ ਨੂੰ ਕਹਿ ਸਕਦੇ ਜੇ ਕਿ ਤੁਸੀਂ ਵਿਸ਼ਵਾਸ ਗਲਤ ਕਰੰਦਾ ਹੈ ਜੀ ਹਾਂ ਠੀਕ ਹੈ ਨਾ ਉਨਕੇ ਭਾਜੀ ਤੁਹਾਡਾ ਵਿਸ਼ਵਾਸ ਗਲਤ ਆ ਖੁਦਾ ਚ ਕੰਮ ਵਿਸ਼ਵਾਸ ਨਾਲ ਹੁੰਦੇ ਆ ਪ੍ਰੋਸੈਸ ਨਾਲ ਨਹੀਂ ਹੁੰਦੇ ਹਾਂ ਕਹਿੰਦਾ ਜੇ ਕੋਈ ਆਪਣੇ ਆਪ ਤੇ ਇਤਬਾਰ ਕਰਦਾ ਹੈ ਵੇਖਣਾ ਕਿਤੇ ਡੇਗਣਾ ਪਵੇ ਕਹਿੰਦਾ ਮਸੀਹ ਤੋਂ ਵੱਖ ਹੋਗੇ ਤੁਸੀਂ ਕੁਝ ਨਹੀਂ ਕਰ ਸਕਦੇ ਤੇ ਜੇ ਮਸੀਹ ਤੋਂ ਵੱਖ ਰਹੇ ਹੋਗੇ ਤੁਸੀਂ ਆਪਣੀ ਧਾਰਮਿਕਤਾ ਤੇ ਚੱਲਣਾ ਤੇ ਫਿਰ ਤੇ ਔਖਾ ਕੰਮ ਹੂੰ ਉਹਨਾਂ ਦੀ ਜਿਹੜਾ ਵੀ ਕੋਈ ਅਹੀਂ ਮਸੀਹ ਨੂੰ ਧੱਕਣਾ ਹੈ ਉਹ ਦੂਜਾ ਕੱਢੋ ਇਬਰਾਨੀਆਂ 6 ਬਾਬ ਕੱਢੋ ਆਪਾਂ ਫਿਰ ਜੇ ਤੇ ਆਪਾਂ ਇਹਨਾਂ ਚੱਕਰਾਂ 'ਚ ਪਾ ਗਏ ਫਿਰ ਅਬਰਾਹਮ ਦੀ ਸੰਤਾਨ ਥੋੜੀ ਆ ਆਪਾਂ ਹੂੰ ਹੂੰ ਕਿਉਂਕਿ ਅਬਰਾਹਮ ਤੇ ਲਿਖਿਆ ਵਾਅਦੇ ਦੇ ਵਾਅਦੇ ਦੀ نسل ਤੇ ਫਿਰ ਆਪਾਂ ਬਣ ਨਹੀਂ ਸਕਦੇ ਹੂੰ ਲਿਖਿਆ ਅਬਰਾਹਮ ਨਾਲ ਵਾਅਦਾ ਆ ਹੈ ਹਾਂ ਤੇ ਫਿਰ ਆਪਾਂ ਵਾਅਦੇ ਦੇ ਥੋੜੀ ਹੋਏ ਆਪਾਂ ਦੇ

ਸਾਡਾ ਜਿਹੜਾ ਕੰਮ ਹੈ ਨਾ ਉਸਤਾਦ ਜੀ ਉਹ ਮੇਰੀ ਗੱਲ ਸੁਣੋ ਰੂ ਦਾ ਪਾਣੀ ਦਾ ਬਪਤਿ ਸਮਾਉਂਦਾ ਹ ਹ ਯਸਮ ਸੀਨੇ ਜੀ ਉੱਠਣ ਤੋਂ ਬਾਅਦ ਚ ਪਾਣੀ ਦਾ ਬਪਤਿ ਸਮਾ ਲਿਆ ਬਾਲਾ ਯਸਮ ਸੀਦੇ ਜੀ ਉੱਠਣ ਤੋਂ ਜੀ ਉੱਠਣ ਤੋਂ ਬਾਅਦ ਪਾਣੀ ਦਾ ਬਪਤਿ ਸਮਾ ਲਿਆ ਬਾਲਾ ਕਿੰਨੇ ਯਸਮ ਤੀਨੇ ਨਹੀਂ ਮਤਲਬ ਦੁਬਾਰਾ ਫੇਰ ਆਹੋ ਨਹੀਂ ਤਾਂ ਫੇਰ ਫੇਰ ਆਪਣਾ ਬਪਤੇ ਸਮਾਂ ਕਿੱਦਾਂ ਹੁੰਦਾ ਆਪਾਂ ਕਿਸ ਮਾਨੀ ਨੇ ਸਤਾਜੀਆਂ ਪਰ ਉਹਨੀਆਂ ਹੂੰ ਪਰ ਉਹ ਦਾ ਬਪਤੇ ਸਮਾਂ ਕਿੱਦਾਂ ਕਿੱਥੇ ਲਿਖਿਆ ਹੈਗਾ ਹੂੰ ਮਤਲਬ ਉਹ ਦਾ ਬਪਤੇ ਸਮਾਂ ਪਾਣੀ ਦਾ ਬਪਤੇ ਸਮਾਂ ਕਿੱਥੇ ਲਿਖਿਆ ਹੈਗਾ ਉਹੀ ਉਹਨਾਂ ਨੂੰ ਡੰਕੇ ਦੀ ਚੋਟ ਦੇ ਗੋ ਆ ਕਿ ਭਰਾਵਾ ਤੁਹਾਡਾ ਵਿਸ਼ਵਾਸ ਗਲਤ ਆ ਹੂੰ ਹੂੰ ਜਦੋਂ ਉਹਨਾਂ ਨੇ ਕਿਹਾ ਵੀ ਪੰਚ ਚੇਲਿਆਂ ਨੂੰ ਕਿਹਾ ਵੀ ਲੋਕਾਂ ਨੂੰ ਬਪਤੇ ਸਮਾ ਦਓ ਹਾਂ ਉਹ ਬੋਈ ਇਸਮਸੀ ਇਹ ਦੇਖਿਓ ਵੀ ਜਿਉਂਦੇ ਸੀ ਕਿ ਮਰ ਗਏ ਸੀ ਉਹ ਤੋਂ ਜਿਉਂਦੇ ਹੀ ਉਹ ਫੇਰ ਹੂੰ ਉਹਦੇ ਜਿਉਂਦੇ ਜੀ ਦੀ ਸਿੱਖਿਆ ਹੈ ਮਰੇ ਦੀ ਥੋੜੀ ਆ ਨਾਲੇ ਮਰ ਗਏ ਸੀ ਤੇ ਨਾਲੇ ਤੀਜੇ ਦਿਨ ਮੁਰਦਿਆਂ ਚ ਜੀ ਉੱਠੇ ਸੀ ਹੂੰ ਹੂੰ ਉਹਦੇ ਚੇਲਿਆਂ ਨੇ ਕਿਹਾ ਸੀ ਕਿ ਸਾਨੂੰ ਸਾਡਾ ਵਿਸ਼ਵਾਸ ਵਧਾ ਉਦੋਂ ਤੇ ਯਸ਼ਮ ਸੀ ਵੀ ਸ਼ਰਾਚ ਹੀ ਤੇ ਉਹਦੇ ਚੇਲੇ ਵੀ ਸ਼ਰਾਚ ਸੀਗੇ ਹਾਂ ਉਦੋਂ ਦੇ ਨਾ ਨੇ ਇਹ ਕੰਮ ਕਰਨਾ ਹੀ ਕਰਨਾ ਸੀ ਸ਼ਰਾਗਤ ਪੂਰੀ ਹੋਈ ਬਲਾਂ ਪਤਾ ਸ਼ਰਾ ਕਦੋਂ ਪੂਰੀ ਹੋਈ ਕਾ ਕੰਮ ਬਕਲਾਵਾ ਸ਼ਰਾ ਕਦੋਂ ਤੇ ਕਿੱਥੇ ਪੂਰੀ ਹੋਈ ਪਤਾ ਮੇਰਾ ਦਾਦਾ ਸ਼ਰਾ ਕਿੱਥੇ ਪੂਰੀ ਹੋਈ ਕਿੱਥੇ ਪੂਰੀ ਜਦੋਂ ਖੁਦਾ ਨੇ ਸਿਰਕਾ ਪੀਤਾ ਨਾ ਹਾਂ ਸਿਰਕਾ ਪੀ ਕੇ ਸਲੀਬ ਤੇ ਕਿਆ ਵੀ ਹੁਣ ਪੂਰਾ ਹਾਂ ਪੂਰਾ ਆਇਆ ਸਿਰਕਾ ਪੀਣ ਤੋਂ ਬਾਅਦ ਸ਼ਰਾਬ ਪੂਰੀ ਹੋਈ ਸਾਰੀ। ਉਥੋਂ ਲੈ ਕੇ ਅੱਗੇ ਗੱਲ ਕਰੋ ਮੇਰੇ ਨਾਲ ਜਿੰਨੇ ਵੀ ਕਰਨੀ ਜਿਹੜਾ ਵੀ ਪਾਸਟਰ ਆਜੇ ਭਲਾ ਜਿਹੜਾ ਮਰਜੀ ਆਜੇ। ਤਰਤੀਦਾ ਅਸਮਾਨ ਦਾ ਫਰਿਸ਼ਤਾ ਜੇ ਪੜਾ ਥੱਲੋਂ ਕੋਈ ਤਰਤੀ ਜੋ ਜਾਨਦਾਰ ਨਿਕਲਾਵੇ ਕੋਈ ਜ਼ਿਆਦਾ ਗਿਆਨ ਵਾਨ ਹੋਵੇ। ਉਸ ਤੋਂ ਬਾਅਦ ਮੈਨੂੰ ਕੋਈ ਗੱਲ ਕਰੇ ਵੀ। ਉਸ ਤੋਂ ਬਾਅਦ ਦੇ ਹੁਕਮ ਕੀ ਆ। ਪਾਪਾ ਜੀ ਇਹ ਵੇਖੇ ਨਾ ਕਿ ਧਰਤੀ ਤੇ ਵਕਤ ਵੀ ਹੈਗਾ ਹਾਂ ਜਦੋਂ ਉੱਥੇ ਦਾ ਇਸ਼ਾਰਾ ਪੂਰੀ ਹੋਈ ਨਹੀਂ ਅਜੇ ਹੂੰ ਜਿੱਥੇ ਯਸਮ ਸਿੰਘ ਕਹਿੰਦਾ ਹੈ ਉੱਥੇ ਚੇਲਿਆਂ ਨੇ ਗਿਆ ਹੈ ਕਿ ਸਾਡਾ ਵਿਸ਼ਵਾਸ ਵਧਾ ਹਾਂ ਠੀਕ ਹੈ ਇਸ ਕਰਕੇ ਇਹ ਹੋ ਜੇ ਨਾ ਕਹਿੰਦਾ ਮਤਲਬ ਕਿ ਜਿੱਥੇ ਬੀਜ ਦੀ ਤਮਸੀਲ ਆਣਾ ਉੱਥੇ ਪਤਾ ਕੀ ਗੱਲ ਲਿਖੀ ਕਹਿੰਦਾ ਜਿਹਨਾਂ ਦੇ ਕੋਲ ਅਧੂਰਾ ਗਿਆਨ ਆ ਹੂੰ ਉਹ ਭਲਾਵੇ ਵਿੱਚ ਪੈ ਜਾਂਦੇ ਛੇਤੀ ਹੂੰ ਹੂੰ ਅਧੂਰਾ ਗਿਆਨ ਇਹ ਸਾਨੂੰ ਜਿਹੜਾ ਆ ਅੰਧਕਾਰ ਚ ਸੁੱਟਦਾ ਹੈ ਹੂੰ ਹਾਂਜੀ ਅਧੂਰਾ ਗਿਆਨ ਅਗਿਆਨਤਾ ਤੋਂ ਵੀ ਜ਼ਿਆਦਾ ਮਤਲਬ ਅਧੂਰਾ ਗਿਆਨ ਅਗਿਆਨਤਾ ਤੋਂ ਵੀ ਜ਼ਿਆਦਾ ਉਹਦੀ ਖਾਈ ਜਿਹੜੀ ਜ਼ਿਆਦੀ ਡੂੰਗੀ ਆ ਅਗਿਆਨਤਾ ਦੇ ਖਾਈ ਨਾਲੋਂ ਅਧੂਰੇ ਗਿਆਨ ਦੀ ਖਾਈ ਜਾਦਾ ਡੂੰਗੀ ਆ ਹਾਂ ਹਾਂਜੀ ਆ ਸਰਕਲ ਆ ਓਕੇ ਮਤਲਬ ਜਿਹੜੀ ਸ਼ਰਾ ਉਹ ਸ਼ਰਾ ਜਿਹੜੀ ਆ ਅਬਰਾਹਾਮ ਬੰਦਲ ਜਦੋਂ ਵਾਦਾ ਹੈ ਨਾ ਹੂੰ ਉਦੋਂ 430 ਸਾਲ ਬਾਅਦ ਮੂਸਾ ਨੂੰ ਦਿੱਤੀ ਗਈ ਸੀ ਪਰ ਵजूद ਚ ਕਦੋਂ ਆਈ ਵजूद ਚ ਆਈ ਜਦੋਂ ਮੂਸਾ ਨੂੰ ਨੇ ਸ਼ਰਾਹ ਦਿੱਤੀ ਫਰਿਸ਼ਤਿਆਂ ਦੇ ਰਾਹੀਂ ਹੂੰ ਠੀਕ ਹੈ ਤੇ ਸ਼ਰਾਹ ਰਈ ਯਹਨਾ ਤਾਕ ਠੀਕ ਹੈ ਲੇਕਿਨ ਯਹਾਂ ਮਾਸ਼ੇਦੀ 63 ਚ ਲਿਖਿਆ ਕਿ ਜਿਹੜੇ ਜਬੂਰ ਅੰਬਿਆ ਸਾਰੇ ਕੁਝ ਜਿੰਨਾ ਪ੍ਰਾਣਾਹਦ ਨਾਮਾ ਉਹ ਰਿਆ ਯਹਨਾ ਤਾਕ ਠੀਕ ਹੈ ਸਾਰਾ ਸ਼ਰਾਦਾ ਭਾਰ ਯਸੂ ਨੇ ਚੁੱਕ ਲਿਆ ਯਸੂ ਨੇ ਜਿਹੜੀ ਸਲੀਬ ਚੁੱਕੀ ਉਹ ਕੀ ਆ ਉਹ ਸਾਰੀ ਸ਼ਰਾ ਦੀ ਲਾਨਤ ਆ ਜਾਣੀ ਉਹ ਸਾਰੀ ਸ਼ਰਾ ਹੈ ਹੂੰ ਉਹ ਸਰ ਸਲੀਬ ਆਪਣੇ ਮੋਢੇ ਤੇ ਚੁੱਕੇ ਤੇ ਆਪਣੇ ਆਪ ਨੂੰ ਹੀ ਉਹਦੇ ਤੇ ਕੁਰਬਾਨ ਕਰਤਾ ਮਤਲਬ ਉੱਥੇ ਜਦੋਂ ਨੇ ਸ਼ਰਕਾ ਪੀ ਕੇ ਕਿਹਾ ਕਿ ਪੂਰਾ ਆਇਆ ਮਤਲਬ ਜਿਹੜੀ ਸ਼ਾਰੀ ਯਸੂ ਮਸੀਹ ਨੇ ਗਿਆ ਹੀ ਆਕਾਸ਼ ਤੇ ਧਰਤੀ ਟਾਲ ਜਾਣਗੇ ਤੇ ਪਰ ਸ਼ਰਾ ਦਾ ਇੱਕ ਬਿੰਦੂ ਵੀ ਮ ਟਾਲਣ ਦਊਗਾ ਇਸ ਰੀਤੇ ਨਾਲ ਸ਼ਰਾਹ ਪੂਰੀ ਕਰੂੰਗਾ ਕਿ ਇੱਕ ਬਿੰਦੀ ਵੀ ਸ਼ਰਾਹ ਦੀ ਮੱਟਲ ਨਹੀਂ ਦੇਣੀ। ਹੂੰ ਠੀਕ ਆ। ਜ਼ਮੀਨ ਤੇ ਆਸਮਾਨ ਭਲਾ ਜਾਂਦੇ ਰਹਿਣ ਪਰ ਕਹਿੰਦਾ ਮੇਰਾ ਜਿਹੜਾ ਸ਼ਰਾਹ ਦੀਆਂ ਭਲਾ ਜ਼ਬੂਰ ਚ ਜਿੰਨੀਆਂ ਗੱਲਾਂ ਲਿਖੀਆਂ ਨਾ ਜਿੰਨੀਆਂ ਨਬੀਆਂ ਰਾਈ ਤੇ ਜਿੰਨੀਆਂ ਸ਼ਰਾਹ ਚ ਗੱਲਾਂ ਲਿਖੀਆਂ ਹੂੰ ਕਹਿੰਦਾ ਉਹਦੀ ਇੱਕ ਬਿੰਦੀ ਵੀ ਮੈਂ ਟੱਲ ਨਹੀਂ ਦੇਣੀ। ਮਤਲਬ ਇਹ ਕੋਈ ਕੱਲ ਇਹ ਨਾ ਕਹੇ ਕਿ ਯਾਰ ਆ ਬਿੰਦੀ ਮਤਲਬ ਇੱਕ ਬਿੰਦੂ ਜਿਹੜਾ ਉਹ ਪੂਰਾ ਨਹੀਂ ਕੀਤਾ ਇਸ ਹਮਸੀ ਨੇ। ਹੂੰ ਜਦੋਂ ਉੱਥੇ ਸਿਰਕਾ ਪਿਆਇਆ ਗਿਆ ਸਿਰਕਾ ਪੀਨ ਤੋਂ ਬਾਅਦ ਚੋਨੇ ਕਹਿਆ ਕਿ ਸ਼ਰਾ ਪੂਰੀ ਹੋਈ ਹੂੰ ਇਹ ਗੱਲ ਜ਼ਬੂਰ ਚ ਲਿਖੀ ਆ ਕਿ ਉਹਨੂੰ ਸਿਰਕਾ ਪਿਆਇਆ ਜਾਊਗਾ ਹਾਂ ਇਹ ਗੱਲ ਜ਼ਬੂਰ ਚ ਲਿਖੀ ਉੱਥੇ ਲਿਖਿਆ ਫੇਰ ਉਹਨੇ ਕਿਹਾ ਕਿ ਸ਼ਰਾ ਪੂਰੀ ਹੋਈ ਉਤੋਂ ਅੱਗੇ ਉਹਨੇ ਜਾਨ ਦੇਤੀ ਫੇਰ ਉਹ ਜੀਵਦਾ ਸਾਡਾ ਜਿਹੜਾ ਈਮਾਨ ਵਾਲਿਆਂ ਦਾ ਯਿਸੂਆ ਜਿਹੜਾ ਤੀਸਰੇ ਦਿਨ ਮੁਰਦਿਆਂ ਤੋਂ ਜੀ ਉੱਠਿਆ ਉਹ ਆ ਹਾਂ ਠੀਕ ਆ ਬੇਟਾ ਅਸੀਂ ਬੇਟੇ ਨੂੰ ਮੰਨਦੇ ਆ ਜਿਹੜਾ ਬੇਟ ਜਿਹੜਾ ਤੀਸਰੇ ਦਿਨ ਮੁਰਦਿਆਂ ਵਿੱਚੋਂ ਬਾਪ ਦੇ ਜਲਾਲ 'ਚ ਜੀ ਉੱਠਿਆ ਜਿਹੜਾ ਸਰੀਰਕ ਤੇ ਸੰਸਾਰਕ ਯਿਸੂ ਉਹ ਤੇ ਆਪ ਸ਼ਰਾਂ ਦੇ ਅਧੀਨ ਹੀਗਾ ਹੂੰ ਤੇ ਜਿਹੜੀ ਸ਼ਰਾਂ ਨੇ ਯਿਸੂ ਨੂੰ ਨਹੀਂ ਬਖਸ਼ਿਆ ਉਹ ਤੁਹਾਨੂੰ ਤੇ ਮੈਨੂੰ ਕਿੱਥੋਂ ਬਖਸ਼ੂ ਹੂੰ ਹੂੰ ਉਹਦੇ ਦੀ ਲਾਨ ਉਹਦੇ ਸ਼ਰਾ ਦੇ ਅਧੀਨ ਤੇ ਲਾਨਤੀ ਆ ਹੂੰ ਤੋ ਹੀ ਉਹ ਨਹਾਲ ਵੇਖੋ ਨਾ ਸ਼ਰਾ ਕੀ ਕਰਦੀ ਸ਼ਰਾ ਚਪੇੜਾ ਮਾਰਦੀ ਆ ਉਹ ਉਹ ਦੂਜਿਆਂ ਨੇ ਨਹੀਂ ਉਹਨੂੰ ਮਾਰਿਆ ਸ਼ਰਾ ਚਪੇੜਾ ਮਾਰਦੀ ਆ ਸ਼ਰਾ ਕੱਪੜੇ ਫਾੜ ਸ਼ਰਾ ਸ਼ਰਾ ਲਾਨਤਾ ਪਾਉਂਦੀ ਆ ਸ਼ਰਾ ਪੱਥਰ ਪਾਉਂਦੀ ਆ ਸ਼ਰਾ ਬੇਇੱਜ਼ਤੀ ਕਰਦੀ ਆ ਸ਼ਰਾ ਸਲੀਵ ਤੇ ਚਾੜਦੀ ਆ ਸ਼ਰਾ ਤਲੀਆਂ 'ਚ ਕੇਲ ਠੋਕਦੀ ਆ ਉਹ ਸਾਰਾ ਕੁਝ ਕਹਿੰਦਾ ਬਦਨ ਦੇ ਵਸੀਲੇ ਮੈਂ ਆਪਣੇ ਸਾਰਾ ਕੰਡਿਆਂ ਦਾ ਤਾਜ ਦੇਂਦੀ ਆ ਮਤਲਬ ਟੈਨਸ਼ਨ ਪਰੇਸ਼ਾਨੀ ਹੂੰ ਸੂਲਾ ਰਗੂ ਚੋਪਦੀ ਆ ਉਹ ਉਹ ਕਹਿੰਦਾ ਇਹ ਚੀਜ਼ਾਂ ਮੈਂ ਲੈ ਲੈਣਾ ਕਿ ਤੁਸੀਂ ਰੂਹ ਚ ਆਜ਼ਾਦ ਹੋ ਉਹ ਕਹਿੰਦਾ ਮਤਲਬ ਕਹਿੰਦਾ ਤੁਸੀਂ ਸ਼ਰੀਅਤ ਨਾ ਪੂਰੀ ਕਰੋ ਤੁਸੀਂ ਮੇਰੀ ਬਾਦਸ਼ਾਹਤ ਦਾ ਜਿਹੜਾ ਮੇਰਾ ਕੰਮ ਆ ਨਾ ਤੁਹਾਡਾ ਕੰਮ ਮੈਂ ਕਰਦਾ ਤੁਸੀਂ ਮੇਰਾ ਕੰਮ ਕਰੋ ਹਾਂ ਠੀਕ ਆ ਪ੍ਰਸਾਦ ਸੇ ਤੇ ਪੂਰਾ ਕਰਤਾ ਉਹਨੇ ਉਹਨੇ ਕਿਹਾ ਤੁਸੀਂ ਹੀ ਬਾਦਸ਼ਾਹ ਦਾ ਕਲਾਮ ਸੁਣਾਓ ਰੂਲ ਕੁਛ ਦੇ ਵਜ਼ੀਲੇ ਹਾਂ ਕਿ ਬੇਟੇ ਦੇ ਨਾਮ ਬਾਪ ਦੇ ਨਾਮ ਨੂੰ ਜਲਾਲ ਦਓ ਤੁਸੀਂ ਬੇਟੇ ਦੀ ਮਦਦ ਨਾਲ ਹੂੰ ਸਾਡਾ ਕੰਮ ਆ ਬਾਪ ਦੇ ਨਾਮ ਨੂੰ ਜਲਾਲ ਦੇਣਾ ਬੇਟੇ ਦੀ ਮਦਦ ਦੇ ਨਾਲ ਰੂਲ ਕੁਛ ਦਾ ਜਨ ਕਿ ਫਜ਼ਲ ਦਾ ਤੇ ਕਿਰਪਾ ਦਾ ਮਤਲਬ ਬਾਦਸ਼ਾਹ ਦਾ ਕਲਾਮ ਸੁਣਾਉਣਾ ਅਨੁਗ੍ਰਾਹਾਂ ਤੇ ਸੱਚਾਈ ਦਾ ਕਲਾਮ ਸੁਣਾਉਣਾ ਹੂੰ ਹਾਂਜੀ ਆਪਣਾ ਕੰਮ ਸ਼ਰਿਆਹ ਦੀਆਂ ਗੱਲਾਂ ਨੂੰ ਪੂਰਾ ਕਰਨਾ ਨਹੀਂ ਹੈਗਾ। ਹੂੰ ਬਾਦਸ਼ਾਹ ਚ ਦਾਖਲ ਕੀ ਹੋਣਾ ਹੈ? ਬਾਦਸ਼ਾਹ ਚ ਦਾਖਲ ਹੋਣਾ ਅਨੁਗ੍ਰਹਿ ਤੇ ਸੱਚਾਈ ਦੀਆਂ ਗੱਲਾਂ ਕਰਨੀਆਂ। ਅਨੁਗ੍ਰਹਿ ਦੀਆਂ ਕਹਿੰਦਾ ਮੈਂ ਬਾਪ ਤੇ ਬਾਪ ਮੇਰੇ ਚ ਆ ਤੇ ਕਹਿੰਦਾ ਮੈਂ ਤੁਹਾ ਜਿਸ ਤਰ੍ਹਾਂ ਬਾਪ ਮੇਰੇ ਚ ਆ ਤੇ ਕਹਿੰਦਾ ਮੈਂ ਤੁਹਾਡੇ ਚ ਤੇ ਮਤਲਬ ਤੁਸੀਂ ਮੇਰੇ ਚ ਹੋਵੋਗੇ। ਕਹਿੰਦਾ ਜਿਹਦੇ ਅੰਦਰ ਮੇਰਾ ਕਲਾਮ ਹੈ ਮੈਂ ਉਹਦੇ ਚ ਆ ਤੇ ਉਹ ਮੇਰੇ ਚ ਆ। ਤੇ ਕਲਾਮ ਆਂ ਦਾ ਮੇਰਾ ਥੋੜੀ ਕਲਾਮ ਤੇ ਬਾਪ ਦਾ। ਤੇ ਕਹਿੰਦਾ ਏਦਾਂ ਜਿਹਦੇ ਅੰਦਰ ਮੇਰਾ ਕਲਾਮ ਹੈ ਉਹਦੇ ਅੰਦਰ ਬਾਪ ਵੀ ਆ ਹਾਂ ਤੇ ਫਿਰ ਕਹਿੰਦਾ ਯੋਹਨਨਾ ਛੇਦੀ 36 ਚ ਕਹਿੰਦਾ ਕਿ ਜਿਹੜੀਆਂ ਮੇਰੀਆਂ ਗੱਲਾਂ ਉਹ ਰੂਹ ਆ ਠੀਕ ਆ ਤੇ ਲਿਖਿਆ ਰੂਹਲ ਕੁਛ ਫਿਰ ਯੋਹਨਨਾ 10 ਦੀ 26 ਚ ਲਿਖਿਆ ਰੂਹਲ ਕੁਛ ਸਾਊਗਾ ਮੇਰੀਆਂ ਗੱਲਾਂ ਚ ਸਿਖਾਊਗਾ ਮੇਰੀਆਂ ਗੱਲਾਂ ਤੁਹਾਨੂੰ ਯਾਦ ਕਰਾਊਗਾ ਤੇ ਫਿਰ ਬਾਪ ਬੇਟਾ ਤੇ ਪਾਗਰੂ ਤੁਹਾਡੇ ਅੰਦਰ ਹੋਏ ਕਿ ਨਾ ਹੋਏ ਯਸੂ ਨੇ ਕਹਿਆ ਜਿਹੜੀਆਂ ਮੈਂ ਗੱਲਾਂ ਕੀਤੀਆਂ ਨਾ ਉਹ ਰੂਹ ਆ ਹਾਂ ਫੇਰ ਯਿਸੂ ਇਹ ਯਹੋ ਯਿਸੂ ਕਹਿੰਦਾ ਹੈ ਯੋਹਨਾ ਛੇ ਦੀ 63 ਚ ਫੇਰ ਯਿਸੂ ਕਹਿੰਦਾ ਹੈ ਦਾ ਦਾ ਯੋਹਨਾ ਦਾਹ ਦਾਸ ਦੀ 26 ਚ ਜਾ ਕੇ ਕਹਿੰਦਾ ਵੀ ਜਿਹੜਾ ਰੂਹਲ ਕੁਤਸਿਆ ਨਾ ਜਿਹੜਾ ਮੇਰੇ ਨਾਮ ਚਾਊਗਾ ਹੂੰ ਉਹ ਤੁਹਾਨੂੰ ਯਸ ਮੇਰੀਆਂ ਗੱਲਾਂ ਵਿੱਚੋਂ ਸਿਖਾਊਗਾ ਤੇ ਮੇਰੀਆਂ ਗੱਲਾਂ ਯਾਦ ਕਰਾਊਗਾ ਹੂੰ ਪਰ ਮੈਂ ਕਹਿੰਦਾ ਬਾਪ ਕੋਲ ਜਾਣਾ ਹੈ ਤੇ ਬਾਪ ਤੁਹਾਨੂੰ ਦੂਸਰਾ ਮਦਦਗਾਰ ਦੇਊਗਾ ਸਚਾਈ ਦਾ ਰੂਹ ਹਾਂ ਹੁਣ ਇਹ ਚੀਜ਼ਾਂ ਹੋਣੀਆਂ ਕਦੋਂ ਹੀ ਭਲਾ ਜਦੋਂ ਯਿਸੂ ਨੇ ਤੀਸਰੇ ਦਿਨ ਇਹ ਸੁਣ ਸੀ ਯਿਸੂ ਸੁਣ ਸੀ ਮੁਰਦਾਵਾਂ ਚ ਜੀ ਕੇ ਉੱਠਣਾ ਹੈਗਾ ਹੂੰ ਫਿਰ ਇਹ ਚੀਜ਼ਾਂ ਹੋਣੀਆਂ ਹੁਣ ਇਹ ਗੱਲ 'ਚ ਤੁਸੀਂ ਵਿਸ਼ਵਾਸ ਕਰਦੇ ਕਿ ਯਿਸੂ ਮਸੀਹ ਸਲੀਬ ਦਿੱਤਾ ਗਿਆ ਤੇ ਤੀਸਰੇ ਦਿਨ ਮੁਰਜਿਆਂ ਤੋਂ ਜੀ ਉੱਠਿਆ ਹੂੰ ਇਹ 'ਚ ਵਿਸ਼ਵਾਸ ਕਰ ਲਿਆ ਨਾ ਹੂੰ ਕਰਦੇ ਕਿ ਨਹੀਂ ਕਰਦੇ ਹਾਂ ਤਾਂ ਬਸ ਜੋ ਕੋ ਜੋ ਨੇ ਇਹ ਕਹਾ ਫਿਰ ਉਹ ਤੁਹਾਡੇ ਲਈ ਪੂਰਾ ਆ ਗਿਆ ਜਦੋਂ ਤੁਸੀਂ ਇਹਦੇ 'ਚ ਵਿਸ਼ਵਾਸ ਕਰਦੇ ਤੇ ਤੁਸੀਂ ਪੂਰੇ ਜੀ ਹੂੰ ਇਸ ਲਈ ਇਹ ਲਿਖਿਆ ਗਿਆ ਤੇ ਯਿਸੂ ਦੇ ਹਵਾਲੇ ਤੱਕ ਦੇ ਰਹੀ ਹੈ ਜਿਹੜਾ ਨੇਚਾ ਦਾ ਕਰਤਾ ਤੇ ਸੰਪੂਰਨ ਕਰਨ ਵਾਲਾ ਉਹ ਨੂੰ ਨੇਚਾ ਤੁਹਾਡੇ ਮਤਲਬ ਕਰਤ ਵਿਦਿਆ ਚ ਨੇਚਾ ਕਹਿ ਦਵਾਈ ਜਦੋਂ ਤੁਸੀਂ ਇਹ ਮੰਨ ਲੈ ਕੇ ਯਿਸੂ ਮਸੀਹ ਖੁਦਾ ਦਾ ਪੁੱਤਰ ਹੈ ਯਿਸੂ ਮਸੀਹ ਸਾਡੇ ਪਾਪਾਂ ਲਈ ਆਇਆ ਤੇ ਯਿਸੂ ਮਸੀਹ ਸਲੀਬ ਦਿੱਤਾ ਗਿਆ ਤੇ ਯਿਸੂ ਮਸੀਹ ਤੀਜੇ ਦਿਨ ਮਰਦਿਆਂ ਤੇ ਜੀ ਉੱਠਿਆ ਉਦੋਂ ਤੁਹਾਡੀ ਨੇਚਾ ਨੇ ਕਰਤ ਕੀਤੀ ਨੇ ਤੁਹਾਡੀ ਨੇਚਾ ਲਈ ਕਰਤ ਕਿਹਨੇ ਕੀਤੀ ਮਤਲਬ ਕਰਤ ਹੁੰਦੀ ਹੈ ਕਿ ਉਹਨੂੰ ਕਰਨਾ ਪ੍ਰੋਸੈਸ ਚ ਕਰਨਾ ਹਾਂ ਤਾ ਦਿਨੇ ਚਾ ਸੰਪੂਰਨ ਕਰਨ ਲਈ ਕਰਤਿ ਚ ਕਿੰਨੇ ਕੀਤਾ ਕੰਮ ਯਸੂ ਜੀ ਨੇ ਹਮ ਅਤੇ ਯਸੂ ਦੇਵਾਲ ਤੱਕ ਦੇ ਰਹੀ ਹੁਣ ਅਸੀਂ ਤੱਕਣਾ ਸਿਰਫ ਹਮ ਕਰਨਾ ਨਹੀਂ ਆ ਅਤੇ ਯਸੂ ਦੇਵਾਲ ਤੱਕ ਦੇ ਰਹੀਏ ਜਿਹੜਾ ਨੇਚਾ ਦਾ ਪੈਤਾ ਦੇ ਸੰਪੂਰਨ ਕਰਨ ਵਾਲਾ ਹੁਣ ਸੰਪੂਰਨਤਾ ਕੀ ਆ ਜਦੋਂ ਪਤਰਸ ਯਸੂ ਵੱਲ ਤੱਕਦਾ ਰਿਹਾ ਤੇ ਉਹ ਜਿਹੜਾ ਉਤਪਤ ਦੇ ਵਿੱਚ ਰੂਲ ਕੁਦਸ ਪਾਣੀਆਂ ਤੇ ਸਿਉਂਦਾ ਸੀ ਚੱਲਦਾ ਰਿਹਾ ਕਿ ਉਹਦੇ ਅਰਗੁ ਹਾਂ ਇਹਨੂੰ ਕਹਿੰਦੇ ਰੂਹ ਦੀ ਸੰਪੂਰਨਤਾ ਹੈ ਜਦੋਂ ਉਹਨੇ ਯਿਸੂ ਵੱਲੋਂ ਕਹਾਟਾ ਗਏ ਤੂਫਾਨ आले ਕੀਤੀਆਂ ਉਦੋਂ ਡੁੱਬਣਾ ਸ਼ੁਰੂ ਹੋ ਗਿਆ ਉਹ ਹਾਂ ਜਦੋਂ ਯਿਸੂ ਵੱਲੇ ਤਾਕਤ ਰੋਗੇ ਤੁਹਾਡੀ ਸੰਪੂਰਨਤਾ ਵਾਧੀ ਜਾਊਗੀ ਵਾਧੀ ਜਾਊਗੀ ਵਾਧੀ ਜਾਊਗੀ ਵਾਧੀ ਜਾਊਗੀ ਯਿਸੂ ਤੁਹਾਡੇ ਚ ਵਾਧਾ ਜਾਊਗਾ ਬਾਪ ਦਾ ਜਲਾਲ ਤੁਹਾਡੇ ਚ ਵਾਧਾ ਜਾਊਗਾ ਹੁਣ ਯਿਸੂ ਕੀ ਆ ਹੁਣ ਤੁਸੀਂ ਪੁੱਛੋ ਯਿਸੂ ਕੀ ਆ ਭਰਾਵਾ ਪੁੱਛੋ ਯਿਸੂ ਕੀ ਆ ਮੀਸ਼ਾ ਸਭ ਕੀ ਯਸੂਆ ਜਿਹੜਾ ਯਸੂ ਦਾ ਕਲਾਮ ਹਾਂ ਇਬਤਦਾ ਮੇ ਕਲਾਮ ਥਾ ਕਲਾਮ ਖੁਦਾ ਕੇ ਸਾਥਾ ਕਲਾਮ ਹੀ ਖੁਦਾ ਥਾ ਹਮ ਹੁਣ ਯਸੂ ਕੀ ਆ ਕਲਾਮ ਮਜਸਿਮ ਹੋਆ ਔਰ ਦੇਹ ਧਾਰਿ ਹੋ ਕੇ ਹਮਾਰੇ ਬੀਚ ਰਹਾ ਹੁਣ ਯਸੂ ਕੀ ਆ ਕਲਾਮ ਬੋਲੋ ਕਲਾਮ 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 ਤੁਹਾਡੇ ਕੋਲ ਆ ਲਿਖਿਆ ਕਲਾਮ ਤੇਰੇ ਮਨ ਵਿੱਚ ਕਲਾਮ ਤੇਰੇ ਮੂੰਹ ਚ ਹਮ ਹੁਣ ਕਲਾਮ ਕੀ ਜਿਹੜੇ ਅਸੀਂ ਵਿਸ਼ਵਾਸ ਦੇ ਵਚਨ ਬੋਲਦੇ ਆ ਹੂੰ ਇਸ ਸੰਸੀਵੇ ਚ ਤੇ ਕੋਣ ਜਾਂ ਮਾਲ ਉਦਾਂ ਵਿਸ਼ਵਾਸ ਚ ਬੋਲਣਾ ਹੋਵੇ ਤੇ ਫਿਰ ਤੇ ਕਹੀਏ ਨਾ ਯਾਰ ਮਤਲਬ ਓੱਖਾ ਹੈ ਸਾਡੇ ਕੋਲ ਬਾਈਬਲ ਵੀ ਹੈਗੀ ਆ ਹੂੰ ਯਿਸੂ ਦੀਆਂ ਗੱਲਾਂ ਜਦੋਂ ਪੜੋਗੇ ਨਾ ਉਹ ਹੈਗਾ ਹੈ ਯਹਾਨਾ ਛੇਤੀ 33 ਚ ਲਿਖਿਆ ਕਿ ਯਿਸੂ ਨੇ ਕਹਿਆ ਜਿਹੜੀਆਂ ਮੇਰੀਆਂ ਗੱਲਾਂ ਆ ਨਾ ਜਿਹੜੀਆਂ ਮੈਂ ਤੁਹਾਨੂੰ ਦਸੀਆਂ ਉਹ ਕੀ ਆ ਭਲਾ ਉਹ ਹੈ ਗਈ ਰੂਹ ਆਤਮਾ ਹਾਂ ਇਹ ਵੀ ਕਹਿੰਦੇ ਆ ਆਤਮਾ ਕਹਿੰਦੇ ਕਿ ਰੂਹ ਹੈ ਕਹਿੰਦੇ ਆ ਆਤਮਾ ਰੂਹ ਸਪਿਰਿਟ ਆ ਆਤਮਾ ਰੂਹ ਸਪਿਰਿਟ ਹਾਂ ਹੂੰ ਤੇ ਠੀਕ ਆ ਫੇਰ ਅੱਗੇ ਜਾ ਕੇ ਕਹਿੰਦੇ ਕਿ ਜਿਹੜੀ ਸਪਿਰਿਟ ਆ ਨਾ ਰੂਹਲ ਕੁਛ ਹੂੰ ਹੁਣ ਤੁਹਾਡੇ ਅੰਦਰ ਜਿਸਮਸੀ ਦਾ ਕਲਾਮ ਆ ਗਿਆ ਤੁਹਾਡੀਆਂ ਅੱਖਾਂ ਗਾੜੀ ਕਲਾਮ ਬਾਈਬਲ ਚ ਤੁਹਾਡੀਆਂ ਅੱਖਾਂ ਗਾੜੀ ਆ ਗਿਆ ਹੂੰ ਖਾਣਾ ਪੜਦੇ ਜੀ ਨਾ ਹਾਂ ਤੇ ਰੂਹ ਕਿਹਦੇ ਚ ਆ ਗਿਆ ਤੁਹਾਡੀਆਂ ਅੱਖਾਂ ਚ ਆ ਗਿਆ ਨਾ ਹੂੰ ਜਿਹੜਾ ਯਿਸੂ ਦਾ ਕਲਾਮ ਜਿਹੜਾ ਸੋਂਦੇ ਜੇ ਤੁਸੀਂ ਮਤਲਬ ਚਾਹੇ ਆਡੀਓ ਚ ਸੋਂਦੇ ਚਾਹੇ ਬੋਲ ਕੇ ਆਪਦੇ ਕੰਨਾਂ ਨਾਲ ਸੋਂਦੇ ਜੇ ਹਾਂ ਯਸ ਤੇ ਰੂਹ ਤੁਹਾਡੇ ਚ ਕਿਤੇ ਚ ਆ ਗਿਆ ਕੰਨਾਂ ਚ ਆ ਗਿਆ ਨਾ ਜਿਹੜੇ ਸ਼ਬਦ ਪੜਦੇ ਜੇ ਯਿਸੂ ਮਸੀਹ ਦੇ ਹੁਣ ਤੇ ਬਹੁਤ ਸੌਖਾ ਕਰਤਾ ਤੁਹਾਡੇ ਲਈ ਹਾਂ ਹਾਂ ਜਿਹੜੇ ਅੱਖਰ ਪੜਦੇ ਜੇ ਯਿਸੂ ਮਸੀਹ ਦੇ ਅੱਖਰ ਉਹ ਤਾਂ ਜੇ ਉਹ ਸਪਿਰਿਟ ਤੁਹਾਡੇ ਅੱਖਾਂ ਚ ਆ ਗਿਆ ਉਹ ਤੁਹਾਡੇ ਕੰਨਾਂ ਚ ਆ ਗਿਆ ਕੰਨਾਂ ਰਾਹੀਂ ਜਿਹੜਾ ਬੋਲ ਕੇ ਤੁਹਾਡੇ ਦਿਲ ਚ ਵੀ ਆ ਗਿਆ ਹੂੰ ਤੇ ਦਿਮਾਗ ਨਾਲ ਤੁਸੀਂ ਸੋਚਦੇ ਵੀ ਹੋਗੇ ਹਾਂ ਸਪਿਰਿਟ ਤੁਹਾਡੇ ਕਿੱਥੇ ਆ ਗਿਆ ਦਿਮਾਗ ਦਿਲ ਕੰਮ ਅੱਖ ਮੂੰਹ ਚ ਵੀ ਆ ਗਿਆ ਹੂੰ ਕਿਉਂਕਿ ਮੂੰਹ ਨਾਲ ਤੁਸੀਂ ਕਲਾਮ ਪੜ੍ਹਦੇ ਜੀ ਹੂੰ ਹੂੰ ਆ ਗਿਆ ਨਾ ਯਿਸੂ ਅੰਦਰ ਹਾਂ ਠੀਕ ਹੈ ਹੁਣ ਕਲਾਮ ਕਹਿੰਦਾ ਕਿ ਕਲਾਮ ਜਿਹੜਾ ਖੁਦਾ ਆ ਹਾਂ ਪੜਿਆ ਨਾ ਆਦੀ ਮੇਂ ਵਚਨ ਥਾ ਵਚਨ ਪਰਮੇਸ਼ਰ ਕੇ ਸਾਥ ਥਾ ਵਚਨ ਹੀ ਪਰਮੇਸ਼ਰ ਥਾ ਪਰਮੇਸ਼ਰ ਹੁਣ ਯਿਸੂ ਨੇ ਕੀ ਕੀਤਾ ਕੀ ਵਚਨ ਮੇਰੇ ਚ ਆ ਪਿਤਾ ਮੇਰੇ ਚ ਆ ਤੇ ਮੈਂ ਬਾਪ ਚ ਆ ਮੈਂ ਹਾਂ ਠੀਕ ਆ ਹੁਣ ਜਿਹਦੇ ਅੱਖਾਂ ਗਾੜੀ ਯਸੂ ਦੇ ਅੱਖਰ ਆ ਬਾਈਬਲ ਦੇ ਜਿਹਦੇ ਕੰਨਾਂ ਦੇ ਕੰਨਾਂ ਦੇ ਵਿੱਚ ਯਸੂ ਦੇ ਅੱਖਰ ਆ ਬੋਲਣ ਨਾਲ ਜਿਹੜਾ ਪੜ੍ਹਨ ਯਸੂ ਦੀਆਂ ਗੱਲਾਂ ਆਂਦਿਆ ਤੇ ਉਹਦੇ ਅੰਦਰ ਭਲਾ ਕੌਣ ਆ ਜਿਹੜਾ ਪੜ੍ਹਨ ਜਿਹਦੇ ਅੰਦਰ ਹੀ ਆ ਗਿਆ ਸਾਰਾ ਕੋਈ ਯਸੂ ਆ ਗਿਆ ਯਸੂ ਹੀ ਕਲਾਮ ਲਿਖਿਆ ਜਿਹੜਾ ਵਚਨ ਆ ਆਦੀ ਮੇ ਵਚਨ ਥਾ ਵਚਨ ਪਰਮੇਸ਼ਰ ਕੇ ਸਾਥ ਥਾ ਵਚਨ ਹੀ ਪਰਮੇਸ਼ਰ ਥਾ ਹਾਂ ਤੇ ਜੇ ਹੁਣ ਵਚਨ ਤੁਹਾਡੇ ਅੱਖ ਕੰਨ ਕ ਮੂੰਹ ਚ ਆ ਹੂੰ ਤੇ ਫਿਰ ਕੌਣ ਆ ਤੁਹਾਡੇ ਅੰਦਰ ਮਤਲਬ ਜਿਹੜਾ ਵਚਨ ਆ ਉਹ ਖੁਦਾ ਆ ਚਲੋ ਯਿਸੂ ਕਹ ਲਓ ਖੁਦਾ ਕਹ ਲਓ ਇੱਕ ਹੀ ਗੱਲ ਆ ਖੁਦਾ ਕਹ ਲਓ ਹਣਾ ਪਰ ਮੈਂ ਹੋਰ ਹੁਣ ਵੱਡਾ ਕਰਕੇ ਕਹਿੰਦਾ ਕਿ ਤੁਹਾਡੇ ਅੰਦਰ ਜੇ ਵਚਨ ਆ ਗਿਆ ਤੇ ਕੀ ਆ ਗਿਆ ਮੰਨ ਲਓ ਮੈਂ ਗੱਲ ਕਰਦਿਆਂ ਹੂੰ ਕਲਾਮ ਆਪਣੇ ਅੰਦਰ ਆਏ ਇੱਕ ਮੰਤੋਕੀ ਹਾਂ ਨਾ ਸਾਰਾ ਕਲਾਮ ਆਪਣੇ ਅੰਦਰ ਹੈ ਸਾਰਾ ਕੁਝ ਹਾਂ ਨਾ ਹਾਂ ਆਪਾਂ ਪੜਦੇ ਸੁਣਦੇ ਆ ਨਾ ਆਹੋ ਐਦਾ ਦੇ ਬੰਦੇ ਵੀ ਹੈਗੇ ਜਿਹੜੇ ਕਲਾਮ ਪੜ ਕੇ ਸੁਣ ਕੇ ਉਹ ਤੇ ਵਿਸ਼ਵਾਸ ਕਰਕੇ ਫਿਰ ਗਲਤ ਕੰਮ ਵੀ ਜਿਹੜੇ ਕਰਦੇ ਸਹੀ ਉਹਨਾਂ ਦੇ ਨਜ਼ਰੀਏ ਨਾਲ ਦੇਖ ਸਕਦੇ ਆਪਾਂ ਜਿਹੜੇ ਕਲਾਮ ਪੜਦੇ ਸੁਣਦੇ ਸਮਝਦੇ ਠੀਕ ਹੈ ਉਹ ਜਿਹੜੇ ਲਿਖਿਆ ਜਿਹੜਾ ਖੁਦਾ ਲੋਆਣਾ ਜਸ ਹੁਣ ਮੰਨ ਲਓ ਮੈਂ 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 ਵਿਸ਼ਵਾਸ ਨਹੀਂ ਕਰਦਾ ਹੁੰਦਾ ਵੀ ਚਲ ਕਿਸੇ ਦੇ ਬਾਰੇ ਕੀ ਗੱਲ ਕਰਨੀ ਹੈ ਹਮ ਪਰ ਮੈਂ ਜਿਹੜੀਆਂ ਉਹਦੇ ਨਾਲ ਮੁੰਡੇ ਨਾਲ ਰਹਿ ਕੇ ਮੈਂ ਗੱਲਾਂ ਸੁਣੀਆਂ ਮਤਲਬ ਵੀ ਆਣਾ ਹਮ ਉਹ ਮੈਨੂੰ ਵੀ ਵਿਸ਼ਵਾਸ ਹੈ ਕਿ ਇਦਾਂ ਦੇ ਵੀ ਹੈਗੇ ਹੈ ਮੈਨੂੰ ਜਿਹੜੀਆਂ ਗੱਲਾਂ ਦੱਸੀਆਂ ਤਾਂ ਨੇ ਮਾ ਯਾਰ ਨਵਾਂ ਵਿਸ਼ਵਾਸ ਵੀ ਵਧੀਆ ਗੱਲਾਂ ਦੇ ਉਹਨੇ ਵਿਸ਼ਵਾਸ ਕੀਤਾ ਮਾ ਇਹਦੇ ਇਦਾਂ ਕਿਦਾਂ ਹੋ ਸਕਦਾ ਹਾਂ ਮੈਨੂੰ ਗੱਲਾਂ ਜਿਹੜੀਆਂ ਜਿਹੜੀਆਂ ਉਹਨੇ ਦਿਨ ਦੱਸੀਆਂ ਸਹੀ ਆ ਸਹੀ ਆ ਜਾਂ ਮੰਨ ਲਾ ਵੀ ਮੇਰੇ ਨਾਲ ਚੱਲ ਕੰਮ ਤੇ ਮੈਨੂੰ ਕਹਿੰਦਾ ਲੈ ਕੇ ਜਾ ਮੈਨੂੰ ਲੈ ਕੇ ਵੀ ਗਲੋਧਿਆਣੇ ਮੈਂ ਤੈਨੂੰ ਕਹਦਾ ਉਹ ਤੇ ਚੱਲਣਾ ਵੀ ਚੱਲ ਮੈਨੂੰ ਪਤਾ ਹੈ ਇਹਦੀ ਰੋਟੀ ਮਿਲ ਜੀ ਹਾਂ ਪਤਾ ਪੜਾ ਤੇ ਉਹਦੀਆਂ ਵੀ ਮੰਨ ਲਓ ਵੀ ਕਹਿੰਦਾ ਉਹ ਕਲਾਮ ਦੀ ਮੈਂ ਮੈਨੂੰ ਕਹਿੰਦੇ ਵੀ ਬਹੁਤ ਨੌਲੇਜ ਰੱਖਦਾ ਮੈਂ ਇਹ ਉਹ ਨਾ

ਮਾਲੋ ਮਨੁੱਖ ਚਾਨਾ ਵਿਸ਼ਵਾਸ ਕਰਨ ਨਾਲ ਕੋਈ ਨਹੀਂ ਹੈਗਾ ਨਾ انسان ਦੇ ਵਿੱਚ ਕੋਈ ਨਹੀਂ ਹੈਗਾ ਵਿਸ਼ਵਾਸ ਕਰਨ ਵਾਲਾ ਵੀ ਨਾ ਆਪਾਂ ਇਨਸਾਨਾਂ ਤੇ ਕਹਿੰਦੇ ਆਪਾਂ ਇਤਬਾਰ ਕਰ ਸਕੀਏ ਵੇਖੋ ਵਿਸ਼ਵਾਸ ਤੁਸੀਂ ਖੋਦੋ ਥੋੜੀ ਕਰਦੇ ਖੋਦੋ ਥੋੜੀ ਕਰ ਸਕਦੇ ਜੀ ਹੂੰ ਹੂੰ ਵਿਸ਼ਵਾਸ ਦੀ ਰੂਹ ਆ ਹਾਂ ਹਾਂ ਹੁਣ ਵਿਸ਼ਵਾਸ ਤੁਹਾਡਾ ਮਾਇਨੇ ਰੱਖਦਾ ਆਉਣ ਕਿੱਥੋਂ ਦਿਆ ਹੈ ਹੂੰ ਸਭ ਤੋਂ ਇੰਪੋਰਟੈਂਟ ਤੇ ਜਿਹੜੀ ਲਗਜ਼ਰੀ ਤੇ ਲੈਗਸੀ ਵਾਲੀ ਗੱਲ ਹੈ ਨਾ ਲੈਗਸੀ ਤੁਹਾਨੂੰ ਬਦ ਲੈਗਸੀ ਦੀ ਸਮਝ ਲੱਗੀ ਹੋਣੀ ਵਰਡ ਦੀ ਹਾਂ ਲੈਗਸੀ ਜਿਹੜੀ ਸਟੈਂਡ ਮਤਲਬ ਜਿਹਦੀ ਸਟੈਂਡਰਡ ਲਾਈਫ ਹੁੰਦੀ ਹੈ ਨਾ ਮਤਲਬ ਬੜੀ ਹਾਈ ਪੀਕ ਦੀ ਲਾਈਫ ਉਹਨੂੰ ਕਹਿੰਦੇ ਕਿ ਇਹਦੀ ਲੈਗਸੀ ਲਾਈਫ ਹੈ ਹੂੰ ਜਿਹੜਾ ਕਦੀ ਆਪਣਾ ਮਰਨੋਂ ਮਰ ਜਾਊਗਾ ਪਰ ਆਪਣੀ ਲੈਗਸੀ ਨਹੀਂ ਗਵਾ ਸਕਦਾ ਉਹ ਹੂੰ ਮਤਲਬ ਧੌਂ ਤੇ ਉਹ ਕਹੂਗਾ ਤਲਵਾਰ ਫੇਰ ਦੇ ਪਰ ਮੈਂ ਆਪਣੀ ਲੈਗਸੀ ਕੀ ਆ ਤੁਹਾਡੀ ਲੈਗਜ਼ੀ ਤੁਹਾਡੀ ਮਤਲਬ ਲਾਈਫ ਜਿਹੜੀ ਆ ਉਹ ਆਮ ਬੰਦਿਆਂ ਨੂੰ ਵੇਖ ਕੇ ਚੱਲਦੀ ਆ ਜਾਂ ਕਿਸੇ ਪਾਦਰੀ ਨੂੰ ਵੇਖ ਕੇ ਚੱਲਦੀ ਜਾਂ ਕੋਈ ਉੱਚ ਧਰਤੋਂ ਬੰਦਾ ਹੈ ਉਹ ਨੂੰ ਵੇਖ ਕੇ ਚੱਲਦੀ ਆ ਤੁਹਾਡੀ ਲੈਗਜ਼ ਹੀ ਕੀ ਆ ਕਿ ਯਾਰ ਹਾਂ ਮੈਨੂੰ ਹਾਂ ਮੈਨੂੰ ਹੁੰਦਾ ਮੈਂ ਮੰਨਦਾ ਵੀ ਸਾਰੀਆਂ ਮੰਨਦਾ ਵੀ ਕਿਸੇ ਨੇ ਮੈਨੂੰ ਕੁਝ ਵੀ ਆਖਿਆ ਨਾ ਹਾਂ 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 ਮੈਨਾਂ ਹੁੰਦਾ ਹੀ ਹਾਂ ਸੁਣ ਲਈ ਆ ਚੱਲ ਗੱਲ ਠੀਕ ਆ ਨਹੀਂ 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 ਹਾਂ ਨਾ ਜੇ ਠੀਕ ਹੈ ਉਹਨੇ ਮੈਨੂੰ ਦੱਸੀ ਗੱਲ ਕੋਈ ਵੀ ਦੱਸੀ ਜੇ ਉਹਨੇ ਦੱਸੀ ਤੇ ਤੁਸੀਂ ਪੁੱਛੀ ਤੇ ਉਹਦੇ ਨਾਲ ਤੁਹਾਨੂੰ ਕੀ ਹੋ ਗਿਆ ਕਲੀਅਰ ਹੋ ਗਈਆਂ ਚੀਜ਼ਾਂ ਚਲੋ ਬਿਲਕੁਲ ਕਲੀਅਰ ਹੁੰਦੀਆਂ ਹਾਂ ਹਾਂ ਤੁਹਾਡੀ ਲੈਗਸੀ ਇਹ ਆ ਵੀ ਤੁਹਾਡਾ ਈਮਾਨ ਜਿਹੜਾ ਕਿੱਥੋਂ ਆਉਂਦਿਆ ਹਾਂ ਹਾਂ ਆ ਜਿਹੜੇ ਤੁਸੀਂ ਦੁਖੀ ਵੀ ਜੇ ਨਾ ਸੈਡ ਵੀ ਜੇ ਹਾਂ ਹੁਣ ਖੁਦਾ ਦਾ ਕਲਾਮ ਕੀ ਕਰਦਾ ਹੈ ਖੁਦਾ ਦਾ ਕਲਾਮ ਜਿਹੜਾ ਰੌਸ਼ਨੀ ਨਹੀਂ ਕਰ ਦਿੰਦਾ ਕਿ ਜਿਹੜੇ ਤੁਹਾਡੇ ਛੋਟੇ ਛੋਟੇ ਦੋਖਿਆਣਾ ਉਹ ਮੋਲਡ ਕਰਕੇ ਉਹ ਤੁਹਾਨੂੰ ਕਹਿ ਦਿੰਦਾ ਕਿ ਨਹੀਂ ਇਸ ਤੋਂ ਬਾਅਦ ਜਿਹੜਾ ਨਾ ਮੈਂ ਕੁਝ ਕਰਨ ਵਾਲਾ ਹਾਂ ਇਸ ਤੋਂ ਬਾਅਦ ਮੈਂ ਕਰਨ ਵਾਲਾ ਫਿਰ ਜਿਹੜਾ ਹੋਣ ਲਿਆ ਨਾ ਖੁਦਾ ਅੰਦਰੋਂ ਆਵਾਜ਼ ਦਿੰਦਾ ਕਿ ਇਸ ਤੋਂ ਬਾਅਦ ਮੈਂ ਕੁਝ ਤੇਰੇ ਨਾਲ ਇਦਾਂ ਕਰਨ ਵਾਲਾ ਹਾਂ ਪਰ ਜਿਹੜਾ ਤੁਹਾਨੂੰ ਤੱਕ ਲੈਂਦਾ ਨਾ ਯਸੂ ਤੋਂ ਨਿਗਾਹ ਹਟਾ ਕੇ ਤਾਂ ਉਹ ਫਿਰ ਉਹਦੇ 'ਚ ਡੁੱਬਣਾ ਸ਼ੁਰੂ ਹੋ ਜਾਂਦਾ ਹੂੰ ਸਾਡਾ ਕੰਮ ਯਿਸੂ ਨੂੰ ਤੱਕਣਾ ਜਦੋਂ ਵਿਸ਼ਵਾਸ ਦੇ ਵਰਡ ਵਿਸ਼ਵਾਸ ਨਾਲ ਭਰੀ ਜਾਵਾਂਗੇ ਭਰੀ ਜਾਵਾਂਗੇ ਭਰੀ ਜਾਵਾਂਗੇ ਰੋਸ਼ਨੀ ਨਾਲ ਹਨੇਰਾ ਪੇ ਛੋਟਾ ਲੱਗੀ ਜਾਣਾ ਠੀਕ ਹੈ ਜਦੋਂ ਵਿਸ਼ਵਾਸ ਘਟਦਾ ਗਿਆ ਘਟਦਾ ਗਿਆ ਘਟਦਾ ਗਿਆ ਤੇ ਹਨੇਰਾ ਕੀ ਹੋ ਜਾਣਾ ਵੱਡਾ ਜਾਣਾ ਹਾਵੀ ਹੋਈ ਜਾਣਾ ਹਨੇਰਾ ਕਿਹਨੂੰ ਕਹਿੰਦੇ ਆ ਅਗਿਆਨਤਾ ਨੂੰ ਹਾਂ ਜਿਹੜੇ ਵਿਸ਼ਵਾਸ ਤੋਂ ਭਟਕੇ ਬਰਗਸ਼ਤਾਏ ਲੋਕ ਜਿਹੜੇ ਯਿਸੂ ਦੀਆਂ ਗੱਲਾਂ ਤੋਂ ਬਰਗਸ਼ਤਾ ਨੇ ਬਾਈਬਲ ਦੇ ਯਿਸੂ ਦੀਆਂ ਗੱਲਾਂ ਤੋਂ ਅੱਜ ਫਸੇ ਕੌਣ ਪਿਆ ਗਿਆਨਤਾਜ ਉਹੋ ਹੀ ਫਸੇ ਪਿਆ ਕਿੰਤੀ ਪ੍ਰੰਤੂ ਜੀ ਕੌਣ ਫਸੇ ਪਿਆ ਉਹੋ ਹੀ ਫਸੇ ਪਿਆ ਹੋਈ ਗੱਲ ਠੀਕ ਆ ਤੇ ਗੁਣਾ ਘਟਾਓ ਤਕਸੀਮ ਦੀਆਂ ਗੱਲਾਂ ਜੀ ਕੌਣ ਫਸੇ ਪਿਆ ਉਹੋ ਹੀ ਫਸੇ ਪਿਆ ਸਾਡੀ ਲੈਗਸੀ ਕੀ ਆ ਸਾਡੀ ਲੈਗਸੀ ਹੈਗੀ ਆ ਅਹੀਂ ਬਾਜੀ ਸਿੱਧਾ ਨਾ ਦੇ ਕਿਸੇ ਦੂਜੇ ਤਜੇ ਟੀਚਰ ਤੋਂ ਸਿੱਖਣਾ ਅਹੀਂ ਸਿੱਧਾ ਸਿੱਖਣਾ ਹੈ ਯਸੂ ਤੋਂ ਠੀਕ ਆ ਕੋਈ ਨਬੀ ਆ ਵਾਟ ਐਵਰ ਜੋ ਮਰਜੀ ਆ ਠੀਕ ਆ ਸਾਰੇ ਜਾਣ ਪਾੜਚ ਸਾਡੀ ਲੇਗਸੀ ਹੈਗੀ ਆ ਵਿਸ਼ਵਾਸ ਵਾਲਿਆਂ ਦੀ ਲੇਗਸੀ ਹੈਗੀ ਸਿਰਫ ਯਸੂ ਯਸੂ ਤੇ ਯਸੂ ਹੂੰ ਠੀਕ ਹੈ ਹੂੰ ਜਦੋਂ ਯਸੂ ਲੈ ਤਪੋਗਣ ਭਾਈ ਤੁਹਾਡੇ ਕੋ ਫਰਿਸ਼ਤਾ ਆ ਕੇ ਕਲਤਕਾਰ ਆਹ ਕੋ ਜਿਨ੍ਹਾਂ ਦੀ ਗੱਲ ਕਰਨਦੇ ਤੇ ਹੈ ਹੀ ਕੁਝ ਨਹੀਂ ਯਕੂਬ ਬਾਰੇ ਹਾਂ ਭਾਈ ਉਹ ਵਿਸ਼ਵਾਸ ਦਾ ਯੋਧਾ ਸੀਗਾ ਤਾਂ ਦੀ ਉਹਨਾਂ ਫਰਿਸ਼ਤੇ ਨੂੰ ਫਾ ਲਿਆ ਹੂੰ ਨਹੀਂ ਤਾਂ ਕੋਈ ਫੜ ਕੇ ਵਿਖਾਵੇ ਖੁਦਾ ਨੂੰ ਕਮਜ਼ੋਰ ਕਰਦਾ ਵਿਸ਼ਵਾਸ ਹੂੰ ਹੋਰ ਦੁਨੀਆਂ ਦੀ ਕੋਈ ਤਾਕਤ ਉਹਨੂੰ ਕਮਜ਼ੋਰ ਨਹੀਂ ਕਰ ਸਕਦੀ ਜੋ ਮਰਜ਼ੀ ਕਰੀ ਜਾਓ ਪੜਰ ਪੜ ਲਾਲ ਸਮੁੰਦਰ ਵੀ ਦੀ ਫੇਰ ਲੰਘ ਜੋਇ ਕਰੀ ਹੂੰ ਵਿਸ਼ਵਾਸ ਬਿਲਾ ਸਮੁੰਦਰ ਵੀ ਦੀ ਵੀ ਉਹ ਵਿਸ਼ਵਾਸ ਨੇ ਨੰਗੇ ਹੀ ਭਰਾ ਹੂੰ ਹੂੰ ਉਹਨਾਂ ਦੇ ਵਿਸ਼ਵਾਸ ਨੇ ਉਹਨਾਂ ਨੂੰ ਮਜਬੂਰ ਕੀਤਾ ਪਾਣੀ ਖੜਾ ਕਰਨ ਤੇ ਆਹ ਹਾਂਜੀ ਇਹ ਸਾਰੇ ਕੰਮ ਵਿਸ਼ਵਾਸ ਨਾਲ ਹੋਏ ਆ। ਹੂੰ ਇਹ ਕੋਈ ਚਮਤਕਾਰ ਨਾਲ ਨਹੀਂ ਹੋਏ। ਹੂੰ ਹੂੰ ਵਿਸ਼ਵਾਸ ਨਾਲ ਹੋਏ ਆ ਕੋਈ ਮੰਨੇ ਨਾ ਮੰਨੇ। ਉਹਦੇ ਨਾਲ ਮੈਨੂੰ ਕੋਈ ਲੈਣਾ ਦੇਣਾ ਨਹੀਂ। ਉਹਨਾਂ ਨੇ ਵਿਸ਼ਵਾਸ ਕੀਤਾ ਤਾਂ ਦੇ ਸਾਰੇ ਕੰਮ ਹੋਏ ਆ। ਸਾਡਾ ਜਿਹੜਾ ਵਿਸ਼ਵਾਸ ਮਾਇਨੇ ਰੱਖਦਾ ਕਿੱਥੋਂ ਆਉਂਦਾ ਹੈ? ਹੁਣ ਜਿਹੜਾ ਤੁਹਾਡਾ ਵਿਸ਼ਵਾਸ ਨੂੰ ਕੁਝ ਨਹੀਂ ਆ। ਤੁਹਾਡੇ ਵਿਸ਼ਵਾਸ ਨੂੰ ਠੋਕਰਾਂ ਲੱਗੀਆਂ। ਕਲਾਮ ਚ ਲਿਖਿਆ ਹਾਏ ਉਸ ਮਨੁੱਖ ਤੇ ਜਿਸ ਕਾਰਨ ਠੋਕਰ ਲੱਗਦੀ ਆ ਠੀਕ ਆ ਠੋਕਰ ਵੱਜੀ ਤੁਹਾਨੂੰ ਅਧੂਰੇ ਗਿਆਨ ਨੇ ਠੋਕਰ ਮਾਰੀ ਉਹਨੂੰ ਆਪ ਨੂੰ ਨਹੀਂ ਪਤਾ ਹੂੰ ਹੂੰ ਹੋਣ ਯਾਰ ਮੈਂ ਤੇਰਾ ਗੁੱਟ ਫੜ ਕੇ ਬੈਠਾਂ ਸਾਰੇ ਗੁੱਟ ਤੇ ਥੋੜੀ ਨਿਆ ਕਰ ਦੂੰਗਾ ਮੈਂ ਹੂੰ ਹੂੰ ਠੀਕ ਆ ਨਾ ਉਹ ਇੱਕ ਗੱਲ ਨੂੰ ਫੜ ਕੇ ਬੈਠੇ ਉਹਦੇ ਦੇ ਸਾਰੀ ਉਨੋਂ ਮੂਲ ਬਿੰਦੂ ਬਣਾ ਗਏ ਨਾ ਸੈਂਟਰ ਬਣਾ ਗਏ ਤੇ ਉੱਤੇ ਸਾਰੀ ਬੈਬਲ ਘੁਮਾ ਦਿੰਦੇ ਹੂੰ ਏਦਾਂ ਨਹੀਂ ਆ ਬੈਬਲ ਘੁੰਮਦੀ ਭਾਜੀ ਜਦੋਂ ਜਿੱਥੋਂ ਤਿੱਜੇ ਦਿਨ ਮੁਰਜਿਆਂ ਤੋਂ ਜਿੰਦਾ ਆ ਉੱਥੋਂ ਕੋਈ ਘੁਮਾ ਕੇ ਵਿਖਾਵੇ ਹਾਂ ਮੈਂ ਉਹਨੂੰ ਮੈਂ ਮੰਨੂਗਾ ਕਲਾਮ ਕਰਨ ਦਾ ਸੁਣੀਆਂ ਸੁਨਾਈਆਂ ਗੱਲਾਂ ਦੇ ਸਾਰੇ ਕਰੀ ਜਾਂਦਾ موسی ਨੇ ਉਦਾਂ ਕਰਤਾ ਉਹ ਕਰਤਾ ਫਲਾਣ ਕਰਤਾ ਕੋੜੀ ਸ਼ੁੱਧ ਕਰਤੀ ਪਾਣੀ ਨੂੰ ਮੈਂਚ ਬਦਲਦਾ ਇਹ ਕਰਤਾ ਉਹ ਕਰਤਾ ਉਹਨਾਂ ਗੱਲਾਂ 'ਚੋਂ ਮੈਨੂੰ ਤੀਜੇ ਦਿਨ ਮੁਰਦਿਆਂ 'ਚੋਂ ਗੱਲ ਨੂੰ ਜ਼ਿੰਦਾ ਕਰਕੇ ਵਿਖਾਓ ਫੇਰ ਮੈਂ ਮੰਨਾਂਗੀ ਤੁਹਾਡਾ ਕਲਾਮ ਆ ਹੂੰ ਉਹ ਰੂਲ ਕੁਛ ਤੋਂ ਬਗੈਰ ਕੋਈ ਮਾਇਦਾ ਲਾਲ ਨਹੀਂ ਕਰ ਸਕਦਾ ਭਰਾ ਜਿੱਡੀਆਂ ਮਰਜ਼ੀ ਕਹਾਣੀਆਂ ਬਣਾ ਲਓ ਇਸ ਕਰਕੇ ਮੈਂ ਵੀ ਮੈਂ ਪਹਿਲੇ ਦੇਣੇ ਜਦੋਂ ਤੁਸੀਂ ਆਏ ਹੀ ਨਾ ਮੈਂ ਕਿਹਾ ਸੀ ਕਿ ਆਪਾਂ ਸੰਸਾਰਿਕ ਨਹੀਂ ਸੰਸਾਰਿਕ ਨਹੀਂ ਬੰਨਾ ਆਪਾਂ ਇਹ ਨਹੀਂ ਆਗਾ ਕਿ ਇਦਾਂ ਕਰਨ ਨਾਲ ਮਤਲਬ ਜਿੰਨਾ ਜ਼ਿਆਦਾ ਵਿਸ਼ਵਾਸ ਤੇ ਤੁਹਾਡਾ ਕਦ ਵੱਧ ਜਾਊਗਾ ਮੁਸ਼ਕਲਾਂ ਜਿਹੜੀਆਂ ਹੋਣਗੀਆਂ ਨਾ ਬੇਕਾਰ ਜੀਆਂ ਲੱਗਣ ਲੱਪਣੀਆਂ ਐਵੇਂ ਹਮਮ ਬੜਾ ਜੋ ਮਰਜ਼ੀ ਆ ਜੇ ਜੋ ਮਰਜ਼ੀ ਹੋ ਜੇ ਤੁਹਾਨੂੰ ਕਦੀ ਅਫਸੋਸ ਨਹੀਂ ਹੋਊਗਾ ਦੁੱਖ ਨਹੀਂ ਹੋਊਗਾ ਕਿ ਆ ਗਈ ਮਰਨਾ ਹੋ ਗਿਆ ਭਰ ਜੋਗੇ ਤੁਸੀਂ ਕਹੋਗੇ ਯਾਰ ਇਤੋਂ ਬਾਅਦ ਮੇਰੇ ਲਈ ਤਰੱਕੀ ਨਹੀਂ ਹੋਣੀ ਹੋਣਾ ਹਮੇਸ਼ਾ ਜਦੋਂ ਤਰੱਕੀ ਦਾ ਰਾਹ ਵਿਖਾਉਂਦਾ ਨਾ ਉਹ ਪੂਰੇ ਅੰਧੇਰੇ 'ਚ ਖੜ ਕੇ ਕਿਦਮ ਚਾਨਣ ਜਮਕਾ ਦਿੰਦਾ ਉਹ ਲਿਖਿਆ ਨਾ ਗਹਿਰਾਂੋਂ ਪਰੰਦੇ ਰਹਾ ਥਾ ਹੂੰ ਲਿਖਿਆ ਨਾ ਜਦੋਂ ਗਹਿਰਾਂਾਂ 'ਚ ਬਹੁਤ ਸਾਰਾ ਅੰਧੇਰਾ ਹੁੰਦਾ ਨਾ ਉਦੋਂ ਹੀ ਉਹ ਕਹਿੰਦਾ ਰੌਸ਼ਨੀ ਹੋ ਜਾ ਹਣੇ ਤੇ ਜਦੋਂ ਸਾਨੂੰ ਮੁਸ਼ਕਲਾਂ ਗਹਿਰ ਮਤਲਬ ਮੁਸ਼ਕਲਾਂ ਦੀਆਂ ਗਹਿਰਾਈਆਂ 'ਚ ਸੁੱਟਦਾ ਨਾ ਉਹ ਹੂੰ ਉਦੋਂ ਹੀ ਕਹਿੰਦਾ ਰੌਸ਼ਨੀ ਹੋ ਜਾ ਹਾਂ ਤੇ ਰੋਸ਼ਨੀ ਹੋ ਜਾਂਦੀ ਫਿਰ ਲਿਖਿਆ ਕਿ ਜਿਹੜਾ ਯਸਮ ਸੀਨਾ ਇੱਥੋਂ ਤੱਕ ਵਫਾਦਾਰ ਰਹਾ ਕਿ ਉਹਨੇ ਮੌਤ ਨੂੰ ਕਬੂਲ ਕਰ ਲਿਆ ਮੌਤ ਕੀ ਆ ਮੌਤ ਗਹਿਰਾਈ ਆ ਹੂੰ ਜਦੋਂ ਗਹਿਰਾਈ ਚ ਗਿਆ ਕਬਰ ਕੀ ਆ ਗਹਿਰਾਈ ਆ ਹਾਂ ਤੇ ਜਦੋਂ ਕਬਰ ਚ ਗਿਆ ਤੇ ਲਿਖਿਆ ਗਹਿਰਾਉ ਤੇ ਹਨੇਰਾ ਸੀਗਾ ਤੇ ਖੁਦਾ ਦੀ ਰੂਹ ਪਾਣੀਆਂ ਦੇ ਜੁੰਬਿਸ਼ ਕਰਦੀ ਸੀ ਹਾਂ ਤੇ ਜਦੋਂ ਯਸਮ ਸੀ ਕਬਰ ਚ ਗਿਆ ਜਦੋਂ ਯਸਮ ਸੀ ਮੁਸ਼ਕਲਾਂ ਦੀਆਂ ਗਹਿਰਾਈਆਂ ਚ ਗਿਆ ਤੇ ਉਹ ਦੋਨੇ ਕਹਿਆ ਰੋਸ਼ਨੀ ਹੋ ਜਾ ਰੋਸ਼ਨੀ ਮਤਲਬ ਕੀ ਆ ਮਸੀਹ ਯਸੂ ਦਾ ਜਲਾਲ ਠੀਕ ਹੈ ਰੂਲ ਕੁਛ ਜਦੋਂ ਗਹਿਰਾਵਾਂ ਚ ਉਹ ਗਿਆ ਹੀ ਆ ਗਹਿਰਾਵਾਂ ਨੂੰ ਵੇਖਿਆ ਉਹਨੇ ਵੀ ਯਾਰ ਜਿਆਦੀ ਗਹਿਰਾਈ ਤੇ ਚਲਾ ਗਿਆ ਹੂੰ ਗਹਿਰਾਵਾਂ ਚ ਝਲ ਗਿਆ ਉਹਨੇ ਕਿਹਾ ਰੋਸ਼ਨੀ ਹੋ ਜਾ ਉਦੋਂ ਹੀ ਫਿਰ ਤੀਜੇ ਦਿਨ ਮਰਦਿਆਂ ਚੋਂ ਜ਼ਿੰਦਾ ਹੋ ਗਿਆ ਬਸ ਉਹ ਐਂਡ ਤੱਕ ਵਫਾਦਾਰ ਰਹਾ ਐ ਐਂਡ ਤੱਕ ਆਪਾਂ ਵੀ ਵਿਸ਼ਵਾਸ ਕਰਨਾ ਐ ਮੁਹੱਬਤ ਕਰਨੀ ਐ ਹਾਂ ਐਂਡ ਤੱਕ ਜੋ ਮਰਜੀ ਹੋਈ ਆ ਵੇ ਯਾਰ ਧਰਤੀ ਤੇ ਉਹ ਬੋਲੀਆਂ ਵੀ ਬੋਲਦਾ ਹੈ ਬੜਾ ਕੁਝ ਕਰਦਾ ਹੈ ਬਹੁਤ ਕੁਝ ਕਰ ਸਕਦਾ ਹੂੰ ਪਰ ਇੱਕੋ ਚੀਜ਼ ਤੋਂ ਵੰਜਾਏ ਸੱਚਾਈ ਦੇ ਰੂਹ ਤੋਂ ਇੱਕੋ ਚੀਜ਼ ਤੋਂ ਵੰਜਾਏ ਰੂਹਲ ਕੁਸਤ ਤੋਂ ਹੂੰ ਸਿਰਫ ਰੂਹਲ ਕੁਸਤ ਤੇ ਸੱਚਾਈ ਦਾ ਰੂਹ ਨਹੀਂ ਉਹਦੇ ਕੋਲ ਹੈ ਕਲਾਮ ਚ ਲਿਖਿਆਣਾ ਕਿ ਉਹ ਸ਼ੁਰੂ ਤੋਂ ਮਨੁੱਖ ਘਾਤਕ ਸੀਗਾ ਤੇ ਮਤਲਬ ਸੱਚਾਈ ਤੇ ਟਿੱਗਿਆ ਨਹੀਂ ਰਹਿੰਦਾ ਸਿਰਫ ਉਹ ਦੇ ਗੱਲ ਸਚਾਈ ਦੀ ਰੂਹ ਨਹੀਂ ਹੈਗੀ ਸਚਾਈ ਹਕਕ ਤੇ ਸੱਚ ਦਾ ਕਲਾਮ ਨਹੀਂ ਹੈਗਾ ਜ਼ਿੰਦਗੀ ਦਾ ਕਲਾਮ ਨਹੀਂ ਹੈਗਾ ਜਦੋਂ ਉਹ ਦੇ ਰਾ ਉਹ ਤੁਹਾਡੀ ਜ਼ਿੰਦਗੀ ਚ ਆਊਗਾ ਉਦੋਂ ਸਾਰਾ ਕੁਝ ਤੁਹਾਡੀ ਜ਼ਿੰਦਗੀ ਚ ਸਹੀ ਹੋ ਜਾਊਗਾ ਪਰ ਉਹ ਦੀ ਜਿਹੜੀ ਵਿਖਾਈ ਜ਼ਿੰਦਗੀ ਹੈ ਨਾ ਉਹ ਦਾ ਐਂਡ ਐਂਡ ਜਿਹੜਾ ਬੜਾ ਮਾੜਾ ਹੋਊਗਾ ਹਮ ਸਾਰੀ ਉਮਰ ਤੁਸੀਂ ਵਧੀਆ ਰਹੋਗੇ ਜਿੱਥੇ ਤਾਂ ਡੈਂਡ ਹੋਊਗਾ ਜਿੱਥੇ ਉਹ ਗੱਲ ਦਾ ਐਂਡ ਹੋਊਗਾ ਉਥੇ ਬੜੀ ਤਗੜੀ ਮੌਤ ਹੋਊਗੀ ਯਸੂ ਦੀ ਸਾਰੀ ਜ਼ਿੰਦਗੀ ਮਰ ਮਰ ਕੇ ਕੱਟਣ ਵਾਲੀ ਆ ਯਸੂ ਦੇ ਨਾਲ ਜਿਹੜੀ ਯਸੂ ਦੀ ਜ਼ਿੰਦਗੀ ਨਾ ਦੁੱਖਾਂ ਦੀ ਜ਼ਿੰਦਗੀ ਆ ਸਾਡਾ ਕੰਮ ਆ ਬਸ ਮਤਲਬ ਅਨੁਗ੍ਰਹਿ ਦੇ ਕਲਾਮ ਨੂੰ ਫਲਾਉਣਾ ਹਾਂ ਮੰਨ ਲਓ ਤੁਸੀਂ ਇੱਕ ਵੀ ਵੀਡੀਓ ਪਾਤੀ ਨਾ ਇੱਕ ਵੀ ਬੰਦਾ ਬਚਾਤਾ ਹੂੰ ਮੈਂ ਕਹਿੰਦਾ ਜਿਆਦਾ ਨਹੀਂ ਇੱਕ ਹੀ ਇੱਕ ਨੂੰ ਹੱਕ ਸੱਚ ਦਾ ਹੱਕ ਸੱਚ ਜ਼ਿੰਦਗੀ ਦਾ ਫਜ਼ਲ ਦਾ ਕਲਾਮ ਸੁਣਾ ਦਿਓ ਇੱਕ ਵੀ ਬੰਦੇ ਨੂੰ ਹੂੰ ਉਹ 1000 ਦੇ ਬਰਾਬਰ ਗਿਣਿਆ ਜਾਣਾ ਸਵਰਗ ਦੇ ਵਿੱਚ ਜਾਂ ਖੁਦਾ ਦੀ ਬਾਦਸ਼ਾਹ ਚ ਹਮ ਹੁਣ ਗਹਿਰਾਉਣ ਦੀ ਗੱਲ ਮੈਂ ਅੱਜ ਤੱਕ ਨਾ ਕਿਸ ਤੋਂ ਸੁਣੀ ਨਾ ਪੜ੍ਹੀ ਇਹ ਗਹਿਰਾਉਣ ਦੀ ਗੱਲ ਤੁਹਾਡੇ ਨਾਲ ਹੀ ਹੋਈ ਆ ਠੀਕ ਐ ਕਿ ਜਦੋਂ ਗਹਿਰਾ ਗਹਿਰਾਈਆਂ ਚ ਗਿਆਨ ਆਉ ਦੁਖਾਂ ਦੀਆਂ ਗਹਿਰਾਈਆਂ ਚ ਆਜ਼ਮਾਇਸ਼ ਦੀਆਂ ਗਹਿਰਾਈਆਂ ਚ ਅਣ ਮੌਤ ਇਥੋਂ ਤੱਕ ਕਿ ਉਹ ਮੌਤ ਦੀ ਗਹਿਰਾਈ ਚ ਚਲਾ ਗਿਆ ਉਦੋਂ ਹੀ ਉਹਨੇ ਕਿਹਾ ਰੌਸ਼ਨੀ ਹੋ ਜਾ ਹੂੰ ਤੇ ਜਿਸਮ ਸੀ ਤੇ ਜੇ ਤੈਨੂੰ ਮੁਰਦਿਆਂ ਦੇ ਜਿੰਦਾ ਹੋ ਗਿਆ ਹਾਂ ਤੇ ਬਸ ਇਹੀ ਆ ਸਾਡਾ ਵੀ ਕੰਮ ਆ ਵਿਸ਼ਵਾਸ ਦੇ ਵਿੱਚ ਸਾਡੇ ਨਾਲ ਜਿਸਮ ਦੇ ਤੌਰ ਤੇ ਕੋਈ ਕੁਝ ਵੀ ਹੋਈ ਜਾਵੇ ਹੂੰ ਯਸੂ ਨੂੰ ਤੁਹਾਡੀ ਨੀਅਤ ਨਾਲ ਮਤਲਬ ਆ ਤੁਹਾਡੇ ਦਿਲ ਨਾਲ ਮਤਲਬ ਆ ਤੁਹਾਡੀ ਰੂਹ ਨਾਲ ਮਤਲਬ ਆ ਜਿਸਮ ਚ ਕੋਈ ਹੋਈ ਜਾਵੇ ਜਿਸਮ ਦੀ ਟੈਨਸ਼ਨ ਨਹੀਂ ਲੈਣੀ ਕਦੀ ਵੀ ਹੂੰ ਕਿ ਨਾ ਸਰੀਰਿਕ ਲੋਕਾਂ ਦੇ ਪਿੱਛੇ ਲੱਗਣਾ ਇਦਾਂ ਉਦਾਂ 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 ਇਦਾਂ ਸੁਭਾਲ ਦੋਸ਼ ਸੁਭਾਲ ਦੋਸ਼ ਕਿੰਤੂ ਪਰੰਤੂ ਸਭ ਸ਼ੈਤਾਨ ਤੋਂ ਹੂੰ ਲਿਖਿਆ ਜਿਹੜੀ ਆਲਮੇ ਬਾਲਾ ਦੀ ਯਰੂਸ਼ਲੇਮ ਆ ਨਾ ਉਹ ਹੀ ਆਜ਼ਾਦ ਆ ਮੌਜੂਦਾ ਯਰੂਸ਼ਲੇਮ ਵੀ ਗੁਲਾਮ ਆ ਹਾਂ ਇੱਕ ਕਹਿੰਦੇ ਨਾ ਅਸੀਂ ਮਸੀਹ ਦੇ ਆ ਤੇ ਪਰ ਜਿਹੜੇ ਮਸੀਹ ਦੇ ਧਰਤੀ ਦੇ ਨਾ ਅਬਰਾਹਮ ਨੂੰ ਕਹਿਣਾ ਕਿ ਇੱਕ ਕੌਮ ਮੈਂ ਤੇਰੇ ਲਈ ਤੇਰੇ ਚੋਂ ਪੈਦਾ ਕਰੂੰਗਾ ਤੇਰੀ ਨਸਲ ਚੋਂ ਹਾਂ ਇੱਕ ਜ਼ਮੀਨ ਦੀ ਹੋਊਗੀ ਇੱਕ ਆਸਮਾਨ ਦੀ ਹੋਊਗੀ ਲੇਕਿਨ ਜਿਹੜੀ ਆਲਮੇ ਬਾਲਾ ਆਲਮੇ ਬਾਲਾ ਮਤਲਬ ਆਲਮ ਜਿਹੜਾ ਪੂਰਾ ਜ਼ਮੀਨ ਅਸਮਾਨ ਅਸਮਾਨਾਂ ਤੋਂ ਵੀ ਜਿਹੜੇ ਤਾਂ ਦੇ ਤਾਂ ਦੀਆਂ ਜੋ ਵੀ ਆ ਤਾਕਤਾਂ ਧਰਤੀ ਦੇ ਥੱਲੇ ਦੀਆਂ ਤਾਕਤਾਂ ਆਲਮੇ ਬਾਲਾ ਠੀਕ ਆ ਆਲਮੇ ਬਾਲਾ ਕਹਿੰਦੇ ਖੁਦਾ ਨੂੰ ਹੂੰ ਆਲਮੇ ਬਾਲਾ ਦੀ ਹੀ ਯਰੂਸ਼ਲੇਮ ਆ ਜਿਹੜੀ ਤੀਸਰੇ ਦਿਨ ਮੁਰਦਿਆਂ ਤੋਂ ਜੀ ਉੱਠੀ ਬਾਕੀ ਜਿਹੜੇ ਯਸੂ ਤੋਂ ਪਿੱਛੇ ਦੀ ਯਰੂਸ਼ਲੇਮ ਆਣਾ ਯਸੂ ਪੈਦਾ ਹੁੰਦਾ ਹੈ ਯਸੂ ਦੇ ਸਲੀਬ ਤੱਕ ਜਿਹੜੀ ਇਹਦੇ ਵਾਲੀ ਯਰੂਸ਼ਲੇਮ ਆ ਨਾ ਇਹ ਵੀ ਗੁਲਾਮ ਆ ਯਸੂਮ ਸੀ ਕਿੱਥੇ ਪੈਦਾ ਹੈ ਯਰੂਸ਼ਲੇਮ ਚ ਪੈਦਾ ਹੈ ਯਰੂਸ਼ਲੇਮ ਵਾਲੇ ਵੀ ਗੁਲਾਮ ਆ ਜਿਹੜੇ ਮੌਜੂਦਾ ਯਰੂਸ਼ਲੇਮੋ ਗੁਲਾਮ ਆ ਉਹ ਤੋਂ ਪਿੱਛੇ ਜਿਹੜੇ ਹਾਜ਼ਰ ਆਲੇ ਆ ਜਿਹੜੇ ਸ਼ਰੀਅਤ ਆਲੇ ਪੁਰਾਣੇ ਅਹਦ ਨਾਮੇ ਆਲੇ वो ते है गुलाम जेडी मौजूदा गुलाम आलाम आजाद लगती आलमे बाला मतलब जेडे रूहल कुछ तो पैदा होना रूह आ रूह हांजी बदन ज गुना सबब है ठीक है ਖਾਫ-ਖਾਫ ਲਿਖਿਆ ਕਿ ਉਹਨੇ ਆਪਣੇ ਪੁੱਤਰ ਨੂੰ ਗੁਨਾਹ ਅਲੂਦਾ ਬਦਨ ਦਿੱਤਾ ਕਿ ਉਹ ਸਾਡੇ ਲਈ ਸ਼ਰੀਅਤ ਨੂੰ ਪੂਰਾ ਕਰੇ ਤੇ ਸ਼ਰੀਅਤ ਦਾ ਤਕਾਜ਼ਾ ਸਾਡੇ ਤੇ ਪੂਰਾ ਹੋਵੇ ਅਸੀਂ ਹੁਣ ਜਸਮਾਨੇ ਨਹੀਂ ਅਸੀਂ ਰੂਹਾਨੀ ਆ ਹਮ ਬਾਦ ਸ਼ਰਤ ਕੇ ਕਹਿੰਦਾ ਮਸੀਹ ਦੀ ਰੂਹ ਤੁਹਾਡੇ ਅੰਦਰ ਹੋਵੇ ਹਮ ਮਸੀਹ ਯਾਨੀ ਰੂਹਲ ਕੁਦਸ ਮਸੀਹ ਯਾਨੀ ਖੁਦਾ ਦਾ ਬੇਟਾ ਮਸੀਹ ਯਾਨੀ ਖੁਦਾ ਦਾ ਮਸਾ ਮਸੀਹ ਯਾਨੀ ਪਵਿੱਤਰ 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 ਬੇਟਾ ਬੇਟਾ ਠੀਕ ਆ ਬੇਟਾ ਜਿਹੜਾ ਆ ਉਹ ਹੈਗਾ ਰੂਹ ਠੀਕ ਹੈ ਯਸ ਕਰਕੇ ਬਸ ਕੇਪੀ ਯਸੂ ਦੀ ਗੱਲ ਹੈ ਜਿਹੜੀ ਸ਼ਾਂਤੀ ਆਰਾਮ ਇਤਮਿਨਾਨ ਧੀਰਜ ਦਿਆਲਗੀ ਨਰਮਾਈ ਸੂਚਮਤਾਈ ਹਨ ਸੰਜਮਤਾਈ ਮੁਹੱਬਤ ਪੈਦਾ ਕਰਦੀ ਆ ਯਸੂ ਦੀ ਗੱਲ ਜਿਹੜੀ ਮਸੀਹ ਦੀ ਗੱਲ ਬੇਟੇ ਦੀ ਗੱਲ ਕਦੀ ਕਿਸੇ ਨੂੰ ਗੁਲਾਮ ਨਹੀਂ ਬਣਾਉਂਦੀ ਹੁਣ ਜਿੰਨੇ ਤੁਹਾਨੂੰ ਗੁਲਾਮ ਬਣਾਤਾ ਬਪਤਿਸਮੇ ਦੀ ਗੱਲ ਨਹੀਂ ਉਹ ਕਿਦਾਂ ਯਸੂਤੀ ਹੋ ਸਕਦੀ